तदंदनयनक बार सर्व कला समराथ दोलन तेरा खो प्रभु नानक दीकार हाथ जाहि कुल ते प्रगट होए ताहि कुल को नाम उन दुआ दस गुरिंद को मेरी है परनाम। सतगुरु जी दे पवित्र पावन दरबार दियां हाजरियां भरदे होए परम सन्मान योग सतसंगियो अपनी अपनी रसना पवित्र करिए सारे ही गज के आखिए धन श्री सतगुरु जगजीत सिंह जी महाराज। साढ़े तो पहला जथेदार साहब जथेदार इंदर सिंह जी जड़े बड़े पुराने जथेदार ने जिन्हां नूं नामधारी पंथ चंगी तरह जानदा है उन्हां बड़ा ही सुरीला कीर्तन कीता है। उन्हां दस्या है भी सोहणे मूंह ओ ही ने जिहड़े नाम जपदे है। नाम जपण विच वाले विच गुणा की सुंदरता हुंदी है गुणा की। ते जिहड़ा नाम नहीं जपदा वह मन ईरखा का भरिया हुंदा है। साहब गुरु गोबिंद सिंह पातशाह कहिंदे ने नवीं साजना कदों साजनी पैंदी है जदों कपट आ जांदा है संसार दे लोकां विच पेखां विच। दोहूं पंथ में कपट विद्या चलानी बोर्ड तीसरा पंथ कीजे प्रधानी जो उपजे मरे ताहे सिमरना कीजे अटल पुरख अकाल का नाम लीजे। तीसरा पंथ क्यों साजिया ਅਤੇ ਉਹਦੇ ਵਿੱਚ ਕੀ ਸਿਫਤ ਸਿਫਤਾਂ ਸੀ ਇਹ ਚੌਂ ਪੰਗਤੀਆਂ ਵਿੱਚ ਹੀ ਗੁਰੂ ਸਾਹਿਬਾਂ ਨੇ ਸਮਝਾ ਦਿੱਤੀਆਂ। ਮੈਂ ਉਸ ਗੁਰਸਿੱਖ ਦੀ ਤੁਹਾਡੇ ਸਾਹਮਣੇ ਸਿਫਤ ਕਰਨ ਲੱਗਾ ਹੈ ਉਸ ਇੱਕ ਗੁਰਸਿੱਖ ਦਾ ਨਮੂਨਾ ਪੇਸ਼ ਕਰਨ ਲੱਗਾ ਹੈ ਜਿਹੜਾ ਖਾਲਸਾ ਪੰਥ ਕਲਗੀਧਰ ਪਿਤਾ ਨੇ ਸਾਜਿਆ। ਸੋ ਬੇਨਤੀ ਕਰ ਰਿਹਾ ਸਾਂ ਭਈ ਮੁਗਲੀਆ ਹਕੂਮਤ ਨੇ इस पंथ नूं खत्म करन दे किन्ने यतन कीते बड़ा लंबा इतिहास है। सिंघां नूं गिरफ्तार करना सिंघां दे सिरां दे इनाम रखे जाने ते जे कोई सिर भी ला के लाहौर दे सूबे दे दरबार च लै जाए ते उन्हें भी इनाम लै आना। आखिर एक दिन जकरिया खान की कचहरी विच लाहौर शिकायत होई भाई साहब भाई तारू सिंह दी ਉਹਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਹੋਇਆ। ਉਹਦੀ ਗ੍ਰਿਫਤਾਰੀ ਦਾ ਪੁਲੀਸ ਦੇ ਕਰਮਚਾਰੀ ਉਹਦੇ ਪੂਲੇ ਨਗਰ ਆਏ ਲਾਹੌਰ ਤੋਂ ਤੁਰ ਕੇ ਅਤੇ ਉਹਦੀ ਡਿਊਟੀ ਕੀ ਸੀ ਉਹ ਹਕੂਮਤ ਦੇ ਕਰਮਚਾਰੀਆਂ ਦੀ ਮਾਰ ਕੁੱਟ ਤੋਂ ਡਰਦੇ ਜਿਹੜੇ ਸਿੰਘ ਜੰਗਲਾਂ ਵਿੱਚ ਲੁਕੇ ਹੁੰਦੇ ਸਨ ਜਾ ਕੇ ਉਹਨਾਂ ਨੂੰ ਘਰੋਂ ਪ੍ਰਸ਼ਾਦੇ ਲਿਜਾ ਕੇ ਛਕਾਉਂਦਾ ਸੀ ਪ੍ਰਸ਼ਾਦੇ ਲਿਜਾ ਕੇ। ਭਾਈ ਤਾਰੂ ਸਿੰਘ ਜੰਗਲ ਵਿੱਚ ਪ੍ਰਸ਼ਾਦੇ ਵਰਤਾ ਕੇ ਅਤੇ ਵਾਪਸ ਮੁੜਿਆ ਆਉਂਦਾ ਹੈ। ਅੱਗੋਂ ਪੁਲਿਸ ਦੇ ਕਰਮਚਾਰੀ ਮਿਲ ਪਏ ਪਿੰਡ ਦੇ ਲਾਗੇ ਉਹਨਾਂ ਅਨੁਮਾਨ ਲਾਇਆ ਭਈ ਇਹੋ ਜਿਹੇ ਹੀ ਸਿੰਘ ਦੱਸਦੇ ਸਨ ਇਸੇ ਉਮਰ ਦਾ ਹੀ ਸਿਰ 'ਤੇ ਖਾਲੀ ਬਰਤਨ ਵੇਖ ਕੇ ਸਿੱਖਾ ਤੇਰਾ ਨਾਂ ਕੀ ਹੈ ਕਹਿੰਦਾ ਮੇਰਾ ਨਾਂ ਤਾਰੂ ਸਿੰਘ ਹੈ ਕਿੱਥੋਂ ਆਇਆ ਜੰਗਲ 'ਚੋਂ ਸਿੰਘਾਂ ਨੂੰ ਪ੍ਰਸ਼ਾਦੇ ਛਕਾ ਕੇ ਅਸੀਂ ਤੈਨੂੰ ਗ੍ਰਿਫਤਾਰ ਕਰਨ ਆਏ ਹਾਂ ਕਹਿੰਦਾ ਕਰ ਲਓ ਗ੍ਰਿਫਤਾਰ ਕਰ ਲਿਆ ਇਹਦੇ ਘਰ ਸੁਣਿਆ ਚੌਕੀਦਾਰ ਨੇ ਜਾ ਕੇ ਦਿੱਤਾ ਭਈ ਮਾਤਾ ਜੀ ਤੁਹਾਡੇ ਪੁੱਤਰ ਤਾਰੂ ਸਿੰਘ ਨੂੰ ਲਾਹੌਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਕੇ ਅਤੇ ਪਰਿਵਾਰ ਦੇ ਤਿੰਨ ਜੀ ਸਨ ਇਹ ਬਿਰਧ ਮਾਤਾ ਅੱਖਾਂ ਤੋਂ ਅੰਨੀ ਵੱਡੀ ਭੈਣ ਉਹ ਵਿਧਵਾ ਸੀ ਪਤੀ ਗੁਜ਼ਰ ਗਿਆ ਸੀ ਅਤੇ ਪੇਕੇ ਘਰ ਆ ਕੇ ਭਰਾ ਦੇ ਕੋਲ ਜ਼ਿੰਦਗੀ ਦੇ ਦਿਨ ਬਤੀਤ ਕਰਦੀ ਸੀ। ਬਿਰਧ ਮਾਤਾ ਅਤੇ ਭੈਣ ਲੰਗਰ ਦੀ ਸੇਵਾ ਕਰਦੀਆਂ ਸਨ ਲੰਗਰ ਤਿਆਰ ਕਰਦੀਆਂ ਸਨ ਅਤੇ ਇਹ ਲੰਗਰ ਛਕਾ ਆਉਂਦਾ ਸੀ।
ਜਦੋਂ ਮਾਤਾ ਦੀ ਕੰਨੀ ਆਵਾਜ਼ ਪਈ ਵੀ ਪੁੱਤਰ ਗ੍ਰਿਫਤਾਰ ਹੋ ਗਿਆ, ਆਪਣੀ ਲੜਕੀ ਨੂੰ ਆਖਣ ਲੱਗੀ, ਬੱਚੀ ਮੇਰੀ ਡੰਗੋਰੀ ਫੜ, ਮੈਨੂੰ ਆਪਦੇ ਵੀਰ ਕੋਲ ਲੈ ਚੱਲ, ਮੈਂ ਉਹਦੇ ਨਾਲ ਚਾਰ ਗੱਲਾਂ ਕਰਨੀਆਂ। ਭੈਣ ਨੇ ਡੰਗੋਰੀ ਫੜੀ, ਬਿਰਧ ਮਾਤਾ ਨੂੰ ਵੀਰ ਦੇ ਕੋਲ ਲਿਆਈ। ਭਾਈ ਤਾਰੂ ਸਿੰਘ ਨੇ ਮਾਤਾ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਈ, ਮਾਤਾ ਨੇ ਪਿਆਰ ਭਰਿਆ ਸਿਰ 'ਤੇ ਹੱਥ ਧਰਿਆ। ਤਾਰੂ ਸਿੰਘਾ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਚੱਲੇ ਹੈ, ਮਾਤਾ ਜੀ ਪੁਲੀਸ ਦੇ ਕਰਮਚਾਰੀ ਲੈ ਚੱਲੇ ਨੇ। ਪੁੱਤਰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਗਿਆ ਹੋਇਆ, ਕਦੇ ਕੋਈ ਸਿੰਘ ਜਿਉਂਦਾ ਵਾਪਸ ਨਹੀਂ ਮੁੜਿਆ, ਅਤੇ ਜਿਉਂਦਾ ਵਾਪਸ ਮੁੜਨ ਦਾ ਯਤਨ ਕਰੇ ਤਾਂ ਭੇਸ ਬਦਲਣਾ ਪੈਂਦਾ। ਮੈਂ ਤੇਰੇ ਨਾਲ ਚਾਰ ਗੱਲਾਂ ਕਰਨ ਆਈ ਹੈ, ਭੇਸ ਨਾ ਬਦਲੀ। ਅਤੇ ਉੱਥੇ ਕਮਜ਼ੋਰ ਬਿਆਨ ਨਾ ਦੇਈ, ਅਤੇ ਜਿਹੜਾ ਜੇ ਤੇਰਾ ਕੋਈ ਪਿੱਛੇ ਖਿਆਲ ਹੈ, ਕਮਜ਼ੋਰ ਬਿਆਨ ਕਰਨ ਵਾਲਾ ਕੋਈ ਖਿਆਲ ਹੈ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਖਲੋ ਕੇ, ਉਹ ਹੈ ਤੇਰੀ ਅੱਖਾਂ ਤੋਂ ਅੰਨੀ ਮਾਂ ਅਤੇ ਤੇਰੀ ਵਿਧਵਾ ਭੈਣ। ਜਦੋਂ ਸਾਡੇ ਵੱਲ ਖਿਆਲ ਹੋਵੇ, ਉਦੋਂ ਗੁਰਬਾਣੀ ਦਾ ਇੱਕ ਸ਼ਬਦ ਪੜ੍ਹ ਲਿਆ ਕਰੀ। ਮਾਤਾ ਨੇ ਸ਼ਬਦ ਦੱਸਿਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਵਿੱਚ ਜਾਂਦੇ ਹੋ ਪਾਇਆ ਕਿ ਤਿੰਨਾ ਪੀਰੋ ਜੀ ਦੇ, ਉੱਥੇ ਹਲਟ ਨਾ ਚਾਲੀ, ਨਾ ਕੋਈ ਕਿਰਸ ਕਰੇ, ਸੌਦਾ ਮੂਲ ਨਾ ਹੋਵੀ, ਨਾ ਕੋਈ ਲੈ ਨਾ ਦੇ, ਜੀਆਂ ਕਿ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾ ਤਿੰਨਾ ਵੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਇਹ, ਸਭਨਾ ਜੀਆਂ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਈ, ਮਾਂ ਪੁੱਤਰ ਨੂੰ ਉਪਦੇਸ਼ ਦਿੰਦੀ ਹੈ। ਸੁਣੋ ਇਸ ਕਵਿਤਾ। ਤਾਰੂ ਸਿੰਘ ਨੂੰ ਪਗੜ ਸਪਾਈਆਂ ਘਰ ਗ੍ਰਿਫਤਾਰ ਬਿਠਾਇਆ, ਮਾਂ ਦੀ ਮਮਤਾ ਨੇ ਪੁੱਤਰ ਨੂੰ ਛਾਤੀ ਨਾਲ ਲਗਾਇਆ। ਲਾਲ ਮੇਰਿਆ ਮੇਰੀਆਂ ਸੁਖਣਾ ਸਦਰਾਂ ਨੂੰ ਫੜ ਲਾਵੀ, ਕੇਸਾਂ ਅਤੇ ਸਵਾਸਾਂ ਨੇ ਸਿੱਖੀ ਸਿਰਕਨ ਭਾਵੀ। ਤੈਨੂੰ ਪਗੜ ਲੈ ਚੱਲੇ ਜ਼ਾਲਮ ਸਿੱਖ ਪੰਥ ਦੇ ਵੈਰੀ, ਪੇਸ਼ ਕਰਨਗੇ ਉੱਥੇ ਜਾ ਕੇ ਜਿੱਥੇ ਜ਼ੁਲਮ ਕਚਹਿਰੀ। ਸਿਰ ਦਸਤਾਰ ਸਵਾਰ ਗੁਰੂ ਕੀ ਹੋਰ ਨਾ ਕਿਤੇ ਚੁਕਾਵੀ, ਖਾਨ ਬਹਾਦਰ ਸੂਬੇ ਦੇ ਨਾਲ ਕਰੀ ਜਵਾਬ ਕਰਾਰੇ। ਬੋਲ ਬੁਲੰਦ ਮੰਦ ਨਾ ਹੋਵੇ ਛਿੜਕੀ ਨਾ ਕਬਰਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਰਕ ਨਿਭਾਵੀ। ਸਾਡੇ ਵੱਲੋਂ ਚਿੰਤਾ ਕਰਕੇ ਆਵੇ ਨਾ ਕਮਜ਼ੋਰੀ, ਸਰਬ ਜੀਆਂ ਦੇ ਰਾਜਕ ਤੇ ਤੂੰ ਸਮਝਿਆ ਸਾਡੀ ਡੋਰੀ। ਕਲਗੀ ਤਰਦ ਸਮੇਸ਼ ਪਿਤਾ ਨੂੰ ਸਾਡੀ ਬਾਂਹ ਫੜਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਦੀਨ ਦੀਨ ਮਨਾਵਣ ਦੇ ਲਈ ਕਰਨਗੇ ਯਤਨ ਬਥੇਰੇ, ਲਾਲਚ ਲੋਭੀ ਜੀਰ ਲਾਲਚ ਲੋਭ ਜਗੀਰਨ ਵਾਬੀ ਡੋਲੇ ਬੇਗ ਮਕੇਰੇ। ਆਇਆ ਮੋਦੀਆਂ ਕੱਚੀਆਂ ਤੰਦਾਂ ਤੋੜ ਕੇ ਪਰੇ ਵਗਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਫੇਰਨਗੇ ਫਿਰ ਤਿੱਖੀਆਂ ਕਰਕੇ ਸ਼ਰਾਬ ਮਜ਼ਬ ਦੀਆਂ ਛੁਰੀਆਂ, ਫਤਵੇ ਲਾਉਣਗੇ ਕਾਜੀ ਪਾਜੀ ਦੇਣ ਸਜਾਵਾਂ ਬੁਰੀਆਂ। ਔਖੀ ਵੇਲੇ ਗੁਰ ਚਰਨਾਂ ਵਿੱਚ ਸੁਰਤ ਸਮਾਧ ਟਿਕਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਪੈਂਟਾਂ ਮਾਰਨ ਕਾਲੇ ਉਤਾਰਨ ਚਰਖੀ ਉੱਤੇ ਚੜਾਵਣਾ, ਤੋੜ ਕੇ ਹੱਡ ਤੇ ਗੱਡ ਜਿਮੀ ਵਿੱਚ ਕੁੱਤਿਆਂ ਤੋਂ ਤੜਵਾਵਣਾ। ਵਾਹਿਗੁਰੂ ਕਹਿ ਕੇ ਦੁੱਖੜੇ ਸਹਿ ਕੇ ਉੱਤਮ ਪਦਵੀ ਪਾਣੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਫਿਰ ਜਾਵੇ ਪਰ ਸਿਰ ਨਾ ਜਾਵੇ ਪੜਦਾ ਰਹੀ ਗੁਰਬਾਣੀ, ਜੋਰਾਵਰ ਤੇ ਫਤਿਹ ਸਿੰਘ ਦਾ ਬਣੀ ਹੀਰਿਆ ਰਾਣੀ। ਮਣੀ ਸਿੰਘ ਦੇ ਵਾਂਗ ਬੈਠ ਕੇ ਬੰਦ ਬੰਦ ਕਟਵਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਸਿੱਖੀ ਤਿੱਖੀ ਧਾਰ ਖੰਡੇ ਦੀ ਪਰੇ ਸੀਸ ਤੋਂ ਡੇਰਾ, ਐਸੀ ਮਰਨੀ ਜੇ ਮਰ ਜਾਵੇ ਬੋਰਨ ਹੋਵੇ ਫੇਰਾ। ਮਾਂ ਦੀ ਕੁੱਖ ਸਫਲ ਕਰ ਜਾਵੀ ਅਮਰ ਸ਼ਹੀਦ ਕਹਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਜਾ ਚੰਨਾ ਮੈਂ ਸਦਕੇ ਜਾਵਾਂ ਬਖਸ਼ੀਆਂ ਬੱਤੀ ਤਾਰਾਂ, ਸੁਣ ਕੇ ਤੇਰੀ ਸੂਰਮਤਾਈ ਤਨ ਮਨ ਆਪਣਾ ਠਾਰਾਂ। ਜਿਕਰ ਫੋੜ ਕੇ ਜੋਰ ਜ਼ੁਲਮ ਸਿਰ ਜੀਵਨ ਵਾਰ ਵਖਾਵੀ, ਬੱਚਿਆ ਜੀਵਨ ਵਾਰ ਵਖਾਵੀ, ਕੇਸਾਂ ਅਤੇ ਸਵਾਸਾਂ ਦੇ ਨਾਲ ਸਿੱਖੀ ਸਿਦਕ ਨਿਭਾਵੀ। ਹਿੰਦੂ ਇਤਿਹਾਸ ਵਿੱਚ ਝਾਈਆਂ ਮਾਵਾਂ ਦਾ ਜ਼ਿਕਰ ਆ। ਕਦੋਂ ਤੋਂ ਦੁਨੀਆ ਬਣੀ ਹੈ ਅਤੇ ਕਦੋਂ ਤੋਂ ਚੱਲੀ ਆਈ ਹੈ,
कोई वड्डे तो वड्डा वड्डा गिणतीकार भी गिणती नहीं कर सकता भाई किन्नियां कमतावां हो गुजरिया जिन्होंने बच्चों नूं जन्म दिता है। लेकिन मां का दर्जा बड़ी दूर है, मां का दर्जा हिंदू इतिहास में ढाइया मावां नूं मिलिया है, एक ध्रुव दी, एक फरीद दी, अद्धी गोपी चंद दी। इन्हां मावां ने अपने पुत्रां नूं त्याग का उपदेश दिता है। गोपी चंद की मां ने अपने पुत्र नूं उपदेश दे के राज तख्त तों उठा के शाही ताज सिर तों लवा दिता, पिंडे ते सोहा मला दिती, कन्नां च मुंदरां पवा दित्तियां, लखां दे दाते दे हत्थ विच मंगतियां वाला कासा फड़ा दिता, जोगी बनाता। जदों गलियां च भीख मंगदा वेख्या ते उहदा मन कंब गया, मैं अपने पुत्र नूं राज तख्त तों उठा के गलियां दा मंगता बना दिता है। उस मां नूं अद्धी मां दा दर्जा मिलिया है। ते जे गुरसिखां दीआं मतावां वल ध्यान मार गए, इन्हां मतावां ने त्याग दा उपदेश दिता है। इन्हां ढाइयां मावां चों किसे मां ने शहीद होण दा उपदेश नहीं दिता, लेकिन गुरसिख मतावां किन्नियां क पुत्रां नूं शहीद होण दा उपदेश दिता, उहदे विचों मैं एक मिसाल तुहाडे सामने अज पेश करन लगा। इह आखां तवन्नी बिरद माता भाई तारू सिंह दी मां, पर ओ मां है जिहदे बारे गुरु अमरदास पातशाह लिखदे ने गुरमुख बुढ़े कदे नाही जिन्ना अंतर सुरत ज्ञान। ज्ञान रूपी सुरती कायम है, पुत्र नूं हौसला दिता है भाई पुत्र जे साडे वल ख्याल आवे, बयान होण लगे कमजोर, गुरबाणी पढ़ के मन कायम कर ली। माता जी आशीर्वाद दिओ, मैं तुहाडे हुक्म ते फुल चढ़ावां। मां ने पुत्र नूं आशीर्वाद दिती, पुलिस दे कर्मचारी लै के तुरे। ये रात पढ़ाने रहे, ये नगर पढ़ाने थाने विच सी। पढ़ाने वो गुरसिख सन जिन्हां भाई तारू सिंह नाल रल के अमृत छकिया होया सी। उन्हां भाई तारू सिंह नूं गिरफ्तार होया वेख्या, उन्हां गुरमता कीता, कहिंदे ने भाई तारू सिंह नूं छड़ाइए। किवें छड़ावांगे? दो तीन तरीके ने, रिश्वत दे के, प्यार नाल, जे नहीं कोई चारा भी नहीं चलता तो जबरदस्ती छड़ा लिए। सिपाही तो थोड़े जे ने, आप बहुते हाँ। किसी सियाने आख्या भाई तारू सिंह नूं भी पुछ लिए। भाई तारू सिंह की राय लई, कहिंदा है ठीक है भी तुहाडी मेरे नाल हमदर्दी है, आपां रल के अमृत छकिया होया, अज मैनू छड़ा लोगे कल गारदां चढ़ के आ जाणगियां, तुहाडा नगर उजाड़ देणगे, तुहानू गिरफ्तार करके लै जाणगे, ते छड्डणा उहनां मैनू फिर भी नहीं। ते जिहड़ी मौते मैं मरन लगा है, इह तां उह मौत है जिहदे चों सदा की जिंदगी मिलती है, सदा की जिंदगी। इत्थों छड़ा लोगे उत्थे जाके ऐसा हो के मर जाऊंगा तो फिर भी तो मर ही जाना है। मैनू जान दिओ तारू सिंघा, तेरी अखां तों नी बिरद माता है, तेरी विधवा भैन है, उन्हां वल वेख के तरस आउंदा है। कहिंदा है जिवें दा मैं उन्हां दा भरा उहदा भरा है जां माता दा पुत्र आ, तुसां मेरे नाल रल के अमृत छकिया होया, तो तुहाडी भी तो उन्नी जिम्मेवारी हैगी है ना मेरे जिनी। मेरी जिम्मेवारी तुसी निभायो, मैनू जान दिओ। अगले दिन पुलिस दे कर्मचारी तुरे, जकरिया खान की कचहरी विच लाहौर जाके भाई तारू सिंह नूं पेश कर दिता। पहला दिन नहीं सी भाई जकरिया खान की कचहरी विच सिंह पेश होया, दूजे चौथे पंजवें सतवें दिन कोई ना कोई सिंह पेश हुंदा रहिंदा सी। ते सिंह पेश किवें हुंदे सी? भावें हथकड़ियां बेड़ियां च जकड़े हुंदे सी, पर वह गर्जवी आवाज विच फतेह बुलाउंदे सी। भाई तारू सिंह भी फतेह बुलाई, ते जकरिया खान कहिंदा तारू सिंह पहली पेशी ते एडी वड्डी गलती? जकरिया खान मैं की गलती कर दिती है? तारू सिंह तेनू पता नहीं सलाम की कचहरी है? कहिंदा ये ते पता है। फिर तेनू पता नहीं इत्थे फतेह बुलाउणी जुर्म है? कहिंदा ये भी पता है। फिर क्यों बुलाई है? कहिंदा मेरा भी कोई धार्मिक निशाना, मैं आपदे धार्मिक निशाने नाल बुलाई, पता ही इहदी सजा की है? कहिंदा सजा का भी पता है, जिहड़ी सजा का नहीं पता वह तू दस दे। ते तारू सिंह
तेनू इस वास्ते सदया है भाई तू इस्लाम धर्म कबूल कर। जकरिया खान सिखी सिदक केसा सुसा नाल निभेगा। तू सजा सुना। जकरिया खान सजावां सुनाउंदा है ते पुलिस दे कर्मचारी सजावां देंदे ने। सुनो इस वार पूरे अगले पलका पड़ाणिया जै विच लाहौर दिया पेशक चेरी सूर में दित्ती फतेह अकाल बुला दित्ती फतेह अकाल बुला बैठे मुफ्ती काजी आई दिए सारे अंदरों हो सवा जकरिया खान लो बोले अखां चो अग बरसा हो जा दूर अगेरियो काफरा हो जा दूर अगेरियो काफरा तू कीती अतीखता ओदे सार तहीन इस्लाम दी कर मौत नू लिया बुला जोर जलादा नू आखदा जाके देवो सख्त सजा जाके देवो सख्त सजा ओ मारो बैत कड़की विच कस के मारो सीखा लाल लगा चरखी उते चाड़ के पई चाड़ के फिर चरखी उते चाड़ के तन तुंबे दियो उड़ा पानी दियो ना खाण नो पुठा लटका रखो टंग पुठा लटका जदों होश टिकाने आ जावे जदों होश टिकाने आ जावे तेरे मेरे पेश लिया जकड़ जला दिले जेल नो लीता शेर पिंजरे पा लीता शेर पिंजरे पा फिर बैठा ला के चौकड़ा शब्द अला मन गुर चरना नल जोड़िया मन गुर चरना नल जोड़िया दर मौत दा दिता बुला नवे तसीए देव दे दर्दी बुरी बला तपदा चेरे लालियां मन शांत अडोल टका जपे लाड़ा लाड़ी मौत दा जीवन आसम का बैठा जीवन आसम का। अमृतसर साहब गुरुद्वारा प्रबंधक कमेटी वाले ने अजायब घर बनाया तो बहुत सज्जनों ने वेखे अपने विचों मुगलिया हुकूमत के समय जड़िया निर्दोष सिंह सजावं दिखा जा दर्शाइया हुई ने नकल वेख के ही एक बार मन दर्शक का कम जाता है। लेकिन जदों सजावां देंदे सन उदों दर्दी कोई नहीं सी लागे हुंदा। भाई तारू सिंह नूं एक सज़ा दित्ती जांदी है शाम नूं काजी आके बयान लैंदा है तारू सिंह हुण की सलाह है कहिंदा सलाह ओह ही है जिहड़ी घरों करके आए बयान की है कहिंदा बयान जिहड़ा कचहरी च दे आया है कदे सिंघां ने बयान नहीं बदले आ। काजी चला जांदा अगले दिन दूजी सज़ा दूजे दिन फिर काजी बयान लैंदा आखिर छे दिन बतीत हो गए। आखिरी सज़ा जिहड़ी हुंदी सी मुगलिया हुकूमत दे समय वह हुंदी सी चरखी दी वो भी उत्थे दर्शाई हुई है चरखी दे विचों दी निर्दोष मनुख नूं ऐं लंघा देना जिवें वेलने चों गन्ना लंघाई दा। दो किस्म दी सज़ा हुंदी सी चरखी दी। एक तो चरखी दी सज़ा हुंदी सी जिहड़ी मौत दी दित्ती जांदी सी उहदे विचों दी लंघाया होया मनुख जिहड़ा है उहदियां हड्डियां भी कड़क जांदियां सी ते उह बेसियाण हो जांदा सी क्रूप हो जांदा सी ते गन्ने दे रस वांग सारी रात नुचड़ जांदी सी। दूसरी सज़ा दित्ती जांदी सी चरखी ढिल्ली करके कोई ईन मनाउण लई जिहड़ी ढिल्ली चरखी करके सज़ा दित्ती जांदी सी उह वी दोवां पासिआं तों दंदे चरखी दे शरीर विच खुब जांदे सी शरीर जख्मों जख्मी हो जांदा सी पर नाले चल जांदे सन खून दे
ते 5-6 घंटे साधारण सजा वाला बंदा भी चरखी तो लत्था बेहोश हो जाता सी। भाई तारू सिंह नूं आखरी सजा जदों दित्ती गई ते इहदियां अखां खुल्लियां 5-6 घंटे, काजी सराहणे खड़ा, तारू सिंह हुण की सलाह है? कहिंदा सलाह ओ ही है जिहड़ी घरों करके आया सी। कदे सिंघां दीआं सलाहां वी बदलियां? बयान की है? कहिंदा ओहो ही सिक्खी सिदक केसा सुआसा नाल डिबेगा। इन्हें जकरिया खान नूं जा आख्या काजी ने, भाई तारू सिंह नाल मत्था मारना पत्थर ते पानी पाउण वर्गा, उहदे कोई असर नहीं। ते जकरिया खान कहिंदा है तारू सिंह नूं हो गए 7 दिन सजावां सहिंदिआं, उहदे इलाके चों सिफारशां आईआं ने उहदी जान बख्शी लई। ਇਹ ਨਹੀਂ ਵੀ ਉਹਦੇ ਭੇਖਦਿਆਂ ਬੰਦਿਆਂ ਦੀਆਂ ਆਈਆਂ ਹੈ, ਹਿੰਦੂਆਂ ਦੀਆਂ ਆਈਆਂ ਹੈ, ਉਹਨਾਂ ਹਿੰਦੂਆਂ ਦੀਆਂ ਜਿਹੜੇ ਸਿੰਘਾਂ 'ਤੇ ਸ਼ਿਕਾਇਤਾਂ ਕਰਦੇ ਆ ਉਹਨਾਂ ਦੀਆਂ ਵੀ ਆਈਆਂ, ਮੇਰੇ ਰਿਸ਼ਤੇਦਾਰਾਂ ਨਵਾਬਾਂ ਦੀਆਂ ਆਈਆਂ। ਹਰ ਮਨੁੱਖ ਦੀ ਆਪਣੇ ਆਪਣੇ ਇਲਾਕੇ ਵਿੱਚ ਆਪਣੀ ਆਪਣੀ ਸ਼ਖਸੀਅਤ ਹੁੰਦੀ ਹੈ। ਉਹ ਵੀ ਮਨੁੱਖ ਹੀ ਹੁੰਦੇ ਨੇ ਜਿਨ੍ਹਾਂ ਨੂੰ ਘਰਦੇ ਨਹੀਂ ਚਾਹੁੰਦੇ ਭਈ ਪਰਮੇਸ਼ਰ ਇਹਨੂੰ ਛੇਤੀ ਸਾਂਭ ਲੈ, ਅਤੇ ਉਹ ਵੀ ਮਨੁੱਖ ਹੀ ਹੁੰਦੇ ਨੇ ਜਿਨ੍ਹਾਂ ਦੀ ਦੁਸ਼ਮਣ ਵੀ ਜਾਨ ਬਖਸ਼ੀ ਮੰਗਦੇ ਆ, ਦੁਸ਼ਮਣ ਵੀ ਭਾਈ ਪਰਮੇਸ਼ਰ ਹੋਰ 10 ਸਾਲ ਇਹਨੂੰ ਜਿਉਂਦਾ ਰੱਖੇ। ਭਾਈ ਤਾਰੂ ਸਿੰਘ ਹਰ ਭੇਖ ਦਾ ਸਤਿਕਾਰਿਆ ਹੋਇਆ ਬੰਦਾ ਸੀ, ਕਹਿੰਦਾ ਉਹਨੂੰ ਮੇਰੇ ਪੇਸ਼ ਕਰੋ, ਮੈਂ ਉਹਦੇ ਨਾਲ 4 ਗੱਲਾਂ ਕਰਾਂ। ਭਾਈ ਤਾਰੂ ਸਿੰਘ ਜ਼ਖਮੋ ਜ਼ਖਮੀ ਹੋਏ ਨੂੰ ਜ਼ਕਰੀਆ ਖਾਨ ਦੇ ਪੇਸ਼ ਕੀਤਾ ਗਿਆ ਅਤੇ ਫਤਿਹ ਫੇਰ ਵੀ ਬੁਲਾ ਦਿੱਤੀ। ਤਾਰੂ ਸਿੰਘ ਅਜੇ ਤੇਰੀ ਸੁਰਤੀ ਟਿਕਾਣੇ ਨਹੀਂ ਹੋਈ? ਅਤੇ ਕਹਿੰਦਾ ਮੇਰੀ ਟਿਕਾਣੇ ਉਹ ਥਿੜਕੀ ਕਦੋਂ ਸੀ? ਇੰਨੀਆਂ ਸਜਾਵਾਂ ਸਹਿ ਕੇ ਵੀ ਫਤਿਹ ਬੁਲਾਉਣਾ? ਕਹਿੰਦਾ ਮੇਰਾ ਧਾਰਮਿਕ ਨਿਸ਼ਾਨਾ ਹੈ। ਤਾਰੂ ਸਿੰਘ ਤੈਨੂੰ ਹੋ ਗਏ 7 ਦਿਨ ਸਜਾਵਾਂ ਸਹਿੰਦੀਆਂ, ਇਹ ਤੇਰੀ ਜਾਨ ਪਕਸ਼ੀ ਵਾਸਤੇ ਆਈਆਂ ਨੇ ਸਿਫਾਰਸ਼ਾਂ, ਮੈਨੂੰ ਇਹ ਵੀ ਪਤਾ ਲੱਗਾ ਭਈ ਤੂੰ 23 ਸਾਲ ਦਾ ਗੱਭਰੂ ਮਾਪਿਆਂ ਦਾ ਇਕਲੌਤਾ ਪੁੱਤਰ ਆ, ਤੇਰੀ ਅੱਖਾਂ ਤੋਂ ਅੰਨੀ ਮਾਂ ਹੈ, ਤੇਰੀ ਵਿਧਵਾ ਭੈਣ ਹੈ, ਉਹਨਾਂ ਦੀ ਜ਼ਿੰਦਗੀ ਦਾ ਆਸਰਾ ਤੂੰ ਹੈ, ਕਿਉਂ ਨਹੀਂ ਆਈ ਮੁਕਤੇ ਮਰਦਾ? ਪਰਲੋਕ ਦਿਆਂ ਸੁੱਖਾਂ ਵਾਸਤੇ ਇੱਧਰ ਇਸਲਾਮ ਧਰਮ 'ਚ ਪਰਲੋਕ ਦੇ ਸੁੱਖ ਬਥੇਰੇ ਨੇ, ਇੱਧਰ ਪਰਲੋਕ ਦੇ ਵੀ ਅਤੇ ਲੋਕ ਦੇ ਵੀ। ਅਤੇ ਜ਼ਕਰੀਆ ਖਾਨ ਲੋਕ ਪਰਲੋਕ ਦੇ ਸੁੱਖ ਅਤੇ ਇਸਲਾਮ ਧਰਮ ਦਰਸਾਉਂਦਾ ਹੈ ਭਾਈ ਤਾਰੂ ਸਿੰਘ ਨੂੰ। ਭਾਈ ਤਾਰੂ ਸਿੰਘ ਸਿੱਖ ਧਰਮ ਪੇਸ਼ ਕਰਕੇ ਅਤੇ ਉਹਨੂੰ ਦੱਸਦਾ ਵੀ ਜਿਹੜੇ ਤੁਸੀਂ ਪਰਲੋਕ ਦੇ ਸੁੱਖ ਤੁਸੀਂ ਬਣਾਈ ਫਿਰਦੇ ਹੋ ਨਾ, ਪਰਲੋਕ ਦੇ ਸੁੱਖ ਉਹ ਸਿੱਖ ਧਰਮ ਨਹੀਂ ਮੰਨਦਾ। ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦਉ ਅਰਾਦੇ, ਹਮ ਕਹੂੰ ਕਿ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦੇ। ਜ਼ਕਰੀਆ ਖਾਨ ਦੇ ਅਤੇ ਭਾਈ ਤਾਰੂ ਸਿੰਘ ਦੇ ਜਵਾਬ ਸਵਾਲ ਕੀ ਹੋਏ ਸੁਣੋ ਇਸ ਕਰਤਾ। ਸੂਬਾ ਆਖਦਾ ਏ ਸਾਹਮਣੇ ਬਠਾਰ ਲੈ, ਸਿੱਖਾ ਖਾਣ ਲਾ ਵੀ ਆਪਣੀ ਵਿਚਾਰ ਲੈ, ਦੁੱਧ ਸੁੱਖ ਦੇਈ ਖੁੱਲੇ ਦੋ ਦੁਆਰ ਲੈ, ਕਰ ਸੋਚ ਤੇ ਸਮਝ ਕੱਟ ਮੋੜ ਖਾਲਸਾ, ਦੀਨ ਮੰਨ ਲੈ ਜੇ ਜ਼ਿੰਦਗੀ ਦੀ ਲੋੜ ਖਾਲਸਾ। ਸੂਬਿਆਂ ਮੈਂ ਬਾਲਿਆਂ ਜਾਣ ਨਹੀਂ, ਇਹ ਨਾ ਸਮਝੀ ਤੂੰ ਇਸ ਨੂੰ ਗਿਆਨ ਨਹੀਂ, ਕਿਸੇ ਕੀਮਤ ਤੇ ਛੱਡਣਾ ਈਮਾਨ ਨਹੀਂ, ਛਲ ਬਾਜ਼ੀਆਂ ਦੀ ਚੱਲਣੀ ਨੀ ਚਾਲ, ਸੂਬਿਆ ਸਿੱਖੀ ਸਿਦਕ ਨਿਭੇਗਾ ਸਿਰ ਨਾਲ, ਸੂਬਿਆ ਗਿਆਨ ਸ਼ੌਕਤ ਤੇ ਇੱਧਰ ਨਵਾਬੀਆਂ ਅਤੇ ਉੱਧਰ ਬੀਜਤੀ ਖਰਾਬੀਆਂ, ਦੋਸ਼ੀ ਉੱਧਰ ਤੇ ਇੱਧਰ ਸਵਾਬੀਆਂ, ਸੁੱਧ ਸਾਫ ਹੋ ਗੁਆ ਦੇ ਦਿਲੋਂ ਕੋੜ ਖਾਲਸਾ, ਦੀਨ ਮੰਨ ਲੈ ਜੇ ਜ਼ਿੰਦਗੀ ਦੀ ਲੋੜ ਖਾਲਸਾ। ਰੱਖ ਸਾਂਭ ਕੇ ਨਵਾਬੀਆਂ ਨਕਾਰੀਆਂ, ਓਏ ਰੱਖ ਸਾਂਭ ਕੇ ਨਵਾਬੀਆਂ ਨਕਾਰੀਆਂ, ਸਾਨੂੰ ਦਿੱਤੀਆਂ ਗੁਰੂ ਨੇ ਸਰਦਾਰੀਆਂ, ਸੁੱਖ ਸੋਗ ਵਿੱਚ ਰਹਿਣੀ ਇੱਕ ਸਾਰੀਆਂ, ਦੁੱਖ ਸਾਡੇ ਅਸੀਂ ਦੁੱਖਾਂ ਦੇ ਪਿਆਰ, ਸੂਬਿਆ ਸਿੱਖੀ ਸਿਦਕ ਨਿਭੇਗਾ ਸਿਰ ਨਾਲ, ਸੂਬਿਆ ਕਲਮਾਂ ਜੋ ਕੱਟੇ ਦੁੱਖ ਫਾਈਆਂ ਦੇ, ਮਿਲ ਜਾਣਗੇ ਗਰਮ ਗਮ ਰਾਈਆਂ ਦੇ, ਨਸ਼ੇ ਪੀਣ ਨੂੰ ਸਰੂਰ ਨੇ ਸਰਾਈਆਂ ਦੇ, ਸਾਡੀ ਸਿੱਖਿਆ ਚ ਸੁੱਖ ਨੇ ਕਰੋੜ ਖਾਲਸਾ, ਦੀਨ ਮੰਨ ਲੈ ਜੇ ਜ਼ਿੰਦਗੀ ਦੀ ਲੋੜ ਖਾਲਸਾ। ਸਾਧ ਨਾਮ ਵਾਹਿਗੁਰੂ ਉਚਾਰਦਾ, ਪੀਤਾ ਪੌਰ ਸੁੱਖ ਦਾ ਹੀ ਖੰਡੇ ਤਾਰਦਾ, ਮਹਿਲ ਮਾਰੀਆਂ ਹਰਮ ਨਹੀਂ ਚਿਤਾਰਦਾ, ਸੇ ਸੱਥਰਾਂ ਦੀ ਅਸਾਂ ਲਈ ਕਮਾਲ, ਸੂਬਿਆ ਸਿੱਖੀ ਸਿਦਕ ਨਿਭੇਗਾ ਸਿਰ ਨਾਲ, ਸੂਬਿਆ ਹਰ ਨਬੀ ਇਸਲਾਮ ਨਾਲ ਪਿਆਰ ਹੋਏ, ਦੋਵੇਂ ਲੋਕ ਪਰ ਲੋਕ ਸੋਗ ਸਾਰ ਹੋਏ, ਇੱਥੇ ਬੇਗਮਾਂ ਤੇ ਹੂਰਾਂ ਨੇ ਅਗਾਰ ਹੋਏ, ਮੰਚ ਸੇਜ ਸੋਖੀ ਉਮਰਾਂ ਦੇ ਜੋੜ ਖਾਲਸਾ, ਦੀਨ ਮੰਨ ਲੈ ਜੇ ਜ਼ਿੰਦਗੀ ਦੀ ਲੋੜ ਖਾਲਸਾ। ਤਨ ਦੌਲਤਾਂ ਭੰਡਾਰ ਤੋਂ ਛਜਾਣੀਏ ਓਏ, ਤਨ ਦੌਲਤਾਂ ਭੰਡਾਰ ਤੋਂ
ਪੁੱਛ ਜਾਣੀਏ ਖਾਕ ਵਿਸ਼ਿਆਂ ਵਕਾਰਾਂ ਦੀ ਨਿਸ਼ਾਨੀਏ ਸੁਖ ਪ੍ਰਭੂ ਦੇ ਪ੍ਰੇਮ ਮੋਜਾ ਮਾਣੀਏ ਰਾਜੇ ਇੰਦਰ ਨੂੰ ਆਖਦੇ ਕੰਗਾਲ ਸੂਬਿਆ ਸਿੱਖੀ ਸਿਦਕ ਨਿਵੇਦਾ ਸਿਰ ਨਾਲ ਸੂਬਿਆ ਭਲੇ ਵਾਸਤੇ ਨਾ ਸਮਝਾਵਦਾ ਓਏ ਤੇਰੇ ਭਲੇ ਵਾਸਤੇ ਨਾ ਸਮਝਾਵਦਾ ਤੇਰੀ ਰੋਲ ਜੇ ਜਵਾਨੀ ਨੀ ਸਚਾਵਦਾ ਤੈਨੂੰ ਆਪਣੇ ਤੇ ਰਹਿਮ ਨਹੀਂਓ ਆਵਦਾ ਵਾਜਾ ਮੌਤ ਨੂੰ ਨਾ ਮਾਰੀਆਂ ਨ ਮੋੜ ਖਾਲਸਾ ਦੀਨ ਮੰਨ ਲੈ ਜੇ ਜ਼ਿੰਦਗੀ ਦੀ ਲੋੜ ਖਾਲਸਾ ਸੂਬਿਆ ਮੈਂ ਕੁਝ ਨੀ ਵਿਗਾੜਿਆ ਤਨ ਧਾਮ ਨਾ ਕੋ ਲੁੱਟਿਆ ਉਜਾਰਿਆ ਐਵੇਂ ਪਾਰਾ ਤੂੰ ਕਰੋੜ ਮੱਥੇ ਚਾਰਿਆ ਨਿਰਦੋਸ਼ੀਆਂ ਨੂੰ ਜ਼ੋਰ ਨਾ ਵਿਖਾਲ ਸੂਬਿਆ ਸਿੱਖੀ ਸਿਦਕ ਨਿਵੇਦਾ ਸਿਰ ਨਾਲ ਸੂਬਿਆ ਗੁਨਾਹਗਾਰ ਨੇ ਕਿ ਗੋਰ ਤੇਰੇ ਨਾਲ ਦਾ ਘਰ ਵੈਰੀ ਸਲਾਮ ਦੇ ਹੈ ਪਾਲਦਾ ਜਾ ਕੇ ਜੰਗਲਾਂ ਚ ਰੋਟੀਆਂ ਖਵਾਲਦਾ ਜਾ ਕੇ ਜੰਗਲਾਂ ਚ ਰੋਟੀਆਂ ਖਵਾਲਦਾ ਤੇਰੇ ਖਚਰਾਂ ਦਾ ਜਾਣਾ ਜੋੜ ਜੋੜ ਖਾਲਸਾ ਦੀਨ ਮੰਨ ਲੈ ਜੇ ਜ਼ਿੰਦਗੀ ਦੀ ਲੋੜ ਖਾਲਸਾ ਸੇਵਾ ਕੌਮ ਦੀ ਫਰਜ਼ੀ ਇਨਸਾਨ ਦਾ ਹੋਏ ਸੇਵਾ ਕੌਮ ਦੀ ਫਰਜ਼ੀ ਇਨਸਾਨ ਦਾ ਹਰ ਬੰਦਾ ਆਪਣੇ ਤਾਂ ਹੈ ਪਹਿਚਾਣਦਾ ਕੀਤਾ ਕੰਮ ਨਹੀਂ ਕੋਈ ਤੇਰੇ ਨੁਕਸਾਨ ਦਾ ਐਵੇਂ ਅੱਖੀਆਂ ਵਖਾਰ ਕੱਢ ਲਾਲ ਸੂਬਿਆ ਸਿੱਖੀ ਸਿਦਕ ਨਿਵੇਦਾ ਸਿਰ ਨਾਲ ਸੂਬਿਆ ਸਿੱਖੀ ਦਾ ਦਿਮਾਗੋ ਨਸ਼ਾ ਲਾ ਦਿਆ ਤੇਰਾ ਸਿੱਖੀ ਦਾ ਦਿਮਾਗੋ ਨਸ਼ਾ ਲਾ ਦਿਆ ਵਾਲ ਜੁੱਤੀਆਂ ਨਾ ਸਿਰ ਦੇ ਉਡਾ ਦਿਆ ਮਾਰਾ ਬੁਰੀ ਮੋਤੇ ਮਾਰ ਕੇ ਸਜਾ ਦਿਆ ਤਨ ਪੀੜ ਰੱਤ ਦਿਆਂ ਗੰਨ ਚੋੜ ਖਾਲਸਾ ਦੀਨ ਮੰਨ ਲੈ ਜ਼ਿੰਦਗੀ ਦੀ ਲੋੜ ਖਾਲਸਾ ਜਿਹੜੀ ਭੁਗਤਾਂਗਾ ਤੈਨੂੰ ਭੁਗਤਾਂਗਾ ਓਏ ਜਿਹੜੀ ਭੁਗਤਾਂਗਾ ਤੈਨੂੰ ਭੁਗਤਾਂਗਾ ਹੱਥੋਂ ਹੱਥੀ ਲੇਖਾ ਜੀਵਨ ਚਟਾਵਾਂਗਾ ਲਾ ਕੇ ਜੁੱਤੀ ਅੱਗੇ ਤੋਂ ਜਨੂ ਲੈ ਜਾਵਾਂਗਾ ਮੇਰਾ ਗੁਰੂ ਦਾ ਸੁਮੇਸ਼ ਪ੍ਰਾਣ ਪਾਲ ਸੂਬਿਆ ਸਿੱਖੀ ਸਿਰਕ ਮੇਰਾ ਸਿਰ ਨਾਲ ਸੂਬਿਆ ਭਾਈ ਤਾਰੂ ਸਿੰਘ ਦੇ ਅਤੇ ਜ਼ਕਰੀਆ ਖਾਨ ਦੇ ਜਵਾਬ ਸਵਾਲ ਹੋਏ ਜਿਉਂ ਜਿਉਂ ਜਵਾਬ ਮਿਲਦੇ ਗਏ ਤਿਉਂ ਤਿਉਂ ਜ਼ਕਰੀਆ ਖਾਨ ਕ੍ਰੋਧ ਵਿੱਚ ਆਉਂਦਾ ਗਿਆ ਅਤੇ ਜਦੋਂ ਮਨੁੱਖ ਕ੍ਰੋਧ ਵਿੱਚ ਆ ਜਾਂਦਾ ਫਿਰ ਉਹ ਮਨੁੱਖ ਨਹੀਂ ਰਹਿੰਦਾ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੰਸਕ੍ਰਿਤੀ ਵਿੱਚ ਸ਼ਲੋਕ ਲਿਖੇ ਨੇ ਅਤੇ ਉਹ ਕ੍ਰੋਧ ਤੋਂ ਹੀ ਆਰੰਭ ਹੁੰਦੇ ਆ ਕ੍ਰੋਧ ਤੋਂ ਹੀ ਭਈ ਕ੍ਰੋਧ ਕਾਮ ਲੋਭ ਮੋਹ ਮਨੁੱਖ ਦੀ ਕੀ ਦਸ਼ਾ ਕਰਦੇ ਨੇ ਸਾਹਿਬ ਕਹਿੰਦੇ ਨੇ ਹੇ ਕਾਲ ਮੂਲ ਕ੍ਰੋਧੰਤ ਨਾਚ ਕਰਨਾ ਨਾ ਪਰਜਤੇ ਬਖਿਅੰਤ ਜੀਵੰਗ ਵਸਿਅੰ ਕ੍ਰੰਤ ਨਿਤਿਅੰ ਕ੍ਰੰਤ ਜਥਾ ਮਰਕਟਾ ਉਹ ਕਹਿੰਦੇ ਨੇ ਕ੍ਰੋਧ ਜਿੱਥੇ ਤੂੰ ਆ ਜਾਏ ਤੂੰ ਆ ਜਾਏ ਉੱਥੇ ਕਿਰਪਾ ਦਾ ਨਾਮ ਨਿਸ਼ਾਨ ਕਿੱਥੇ ਉੱਥੇ ਦਇਆ ਨਹੀਂ ਰਹਿੰਦੀ ਅਤੇ ਜਿਹਦੇ 'ਤੇ ਤੂੰ ਵਾਰਦ ਹੋ ਜਾਏ ਉਹ ਬੰਦਾ ਹੀ ਨਹੀਂ ਰਹਿੰਦਾ ਉਹਦੀਆਂ ਹਰਕਤਾਂ ਹੀ ਬਾਂਦਰ ਵਰਗੀਆਂ ਹੋ ਜਾਂਦੀਆਂ ਤੁਸੀਂ ਕਈ ਵਾਰ ਵੇਖਿਆ ਹੋਣਾ ਵੀ ਕ੍ਰੋਧੀ ਆਦਮੀ ਕੀ ਕਰਦਾ ਜਦੋਂ ਕ੍ਰੋਧ 'ਚ ਆਉਂਦਾ ਉਹਦੀ ਜ਼ਬਾਨ ਤੋਂ ਮਨੁੱਖਤਾ ਉੱਡ ਪੁੱਟ ਜਾਂਦੀ ਅਰਲ ਬਰਲ ਬੋਲਣ ਲੱਗ ਪੈਂਦਾ ਕ੍ਰੋਧੀ ਬੰਦਾ ਜ਼ਕਰੀਆ ਖਾਨ ਨੂੰ ਕ੍ਰੋਧ ਆਇਆ ਇਹ ਅਰਲ ਬਰਲ ਬੋਲਣ ਲੱਗਾ ਇਹ ਕਹਿੰਦਾ ਤਾਰੂ ਸਿੰਘਾ ਜਿਹੜਾ ਘੜੀ ਮੁੜੀ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਾ ਨਿਭੇਗਾ ਮੈਂ ਤੇਰੇ ਸਿਰ ਦੇ ਵਾਲ ਜੁੱਤੀਆਂ ਨਾਲ ਉਡਾ ਦਿਆਂਗਾ ਮਨੁੱਖਤਾ ਜਦੋਂ ਗਿਰ ਗਿਆ ਅਤੇ ਮਨੁੱਖਤਾ ਤੋਂ ਗਿਰੀ ਹੋਈ ਗੱਲ ਹੀ ਕਰਨੀ ਸੀ ਸਿੰਘ ਕਹਿੰਦਾ ਜ਼ਕਰੀਆ ਖਾਨ ਐਡਾ ਕ੍ਰੋਧ 'ਚ ਨਾ ਗੱਲ ਹੌਸਲੇ ਨਾਲ ਕਰ ਮੈਨੂੰ ਸਜ਼ਾ ਉਹ ਦੇਵੀ ਜਿਹੜੀ ਮੁੜ ਕੇ ਆਪ ਸਹਿ ਲੈਣੀ ਮੇਰੇ ਗੁਰੂ ਨੇ ਪਹਿਲ ਕਰਨੀ ਕਿਸੇ ਨਾਲ ਦੱਸੀ ਨਹੀਂ ਅਤੇ ਉਧਾਰ ਕਦੇ ਰੱਖਿਆ ਨਹੀਂ ਉਹ ਸਜ਼ਾ ਦੇਈ ਜਿਹੜੀ ਆਪ ਸਹਿ ਲੈਣੀ ਅਤੇ ਇਹ ਸਿੰਘਾਂ ਨਾਲ ਵਰਤਦਾ ਸੀ 30-32 ਸਾਲ ਦਾ ਉਹ ਅੱਜ ਦਾ ਤਾਂ ਨਹੀਂ ਸੀ ਇਹਦੀਆਂ ਅੱਖਾਂ ਨੀਵੀਆਂ ਹੋ ਗਈਆਂ ਜ਼ਕਰੀਆ ਖਾਨ ਕਾਜੀ ਕਹਿੰਦਾ ਜ਼ਕਰੀਆ ਖਾਨ ਅੱਖਾਂ ਨੀਵੀਆਂ ਕਰ ਲਈਆਂ ਜੀ ਆਉਂਦਾ ਮੈਂ ਇਹਨਾਂ ਕਾਲੀ ਜ਼ਬਾਨਿਆਂ ਨਾਲ ਵਾਲਿਆਂ ਨਾਲ ਬੜੇ ਚਿਰ ਦਾ ਵਰਤਦਾ ਭੈੜਾ ਹੀ ਬੋਲਣਾ ਸੀ ਨਾ ਇਹ ਜੋ ਕੁਝ ਉਹ ਸਜ਼ਾ ਦੇਈ ਜਿਹੜੀ ਆਪ ਸਹਿ ਲੈਣੀ ਅਤੇ ਇਹ ਸਿੰਘਾਂ ਨਾਲ ਵਰਤਦਾ ਸੀ 30-32 ਸਾਲ ਦਾ ਉਹ ਅੱਜ ਦਾ ਤਾਂ ਨਹੀਂ ਸੀ ਇਹਦੀਆਂ ਅੱਖਾਂ ਨੀਵੀਆਂ ਹੋ ਗਈਆਂ ਜ਼ਕਰੀਆ ਖਾਨ ਕਾਜੀ ਕਹਿੰਦਾ ਜ਼ਕਰੀਆ ਖਾਨ ਅੱਖਾਂ ਨੀਵੀਆਂ ਕਰ ਲਈਆਂ ਜੀ ਆਉਂਦਾ ਮੈਂ ਇਹਨਾਂ ਕਾਲੀ ਜ਼ਬਾਨਿਆਂ ਨਾਲ ਵਾਲਿਆਂ ਨਾਲ ਬੜੇ ਚਿਰ ਦਾ ਵਰਤਦਾ ਭੈੜਾ ਹੀ ਬੋਲਣਾ ਸੀ ਨਾ ਇਹ ਜੋ ਕੁਝ ਆਖਣ ਉਹ ਹੋ ਜਾਂਦਾ ਅਤੇ ਤਾਰੂ ਸਿੰਘ ਨੇ ਕਿਹਾ ਸੀ ਵੀ ਜੇ ਜੁੱਤੀਆਂ ਮੈਨੂੰ ਮਾਰੇਗਾ ਤਾਂ ਮੈਂ ਤੈਨੂੰ ਜੁੱਤੀ ਅੱਗੇ ਲਾ ਕੇ ਲਿਜਾਵਾਂਗਾ ਅਤੇ ਕਾਜੀ ਕਹਿੰਦਾ ਜੁੱਤੀਆਂ ਤੋਂ ਡਰ ਗਿਆ ਜ਼ਕਰੀਆ ਖਾਨ ਥੋੜ੍ਹਾ ਜਿਹਾ ਹੋਰ ਸੁਭਾਅ 'ਚ ਹੋਇਆ ਸੀ ਆਉਂਦਾ ਜੁੱਤੀਆਂ ਤੋਂ ਕੌਣ ਨਹੀਂ ਡਰਦਾ ਜੇ ਤੈਨੂੰ 5-7 ਖੜਕਾ ਦੇ ਤਾਂ ਤੂੰ ਨਾ ਡਰੇਗਾ
ਕਾਜ਼ੀਆਂ ਦਾ ਜ਼ਕਰੀਆ ਖਾਨ ਤੂੰ ਕਾਲ ਪੈ ਗਿਆ, ਮੈਂ ਤੈਨੂੰ ਰਾਏ ਚੰਗੀ ਦੇਣ ਲੱਗਾ। ਥੋੜ੍ਹੇ ਜਿਹਾ ਹੌਸਲੇ 'ਚ ਕੀ ਰਾਏ ਦੇਣਾ? ਕਹਿੰਦਾ ਡਰ ਤੇ ਜੁੱਤੀਆਂ ਦਾ ਹੀ ਹੈ ਨਾ, ਅਤੇ ਹਜਾਮਤ ਤਾਂ ਆਪਾਂ ਰੋਜ਼ ਹੀ ਕਰਾਉਂਦੇ ਹਾਂ। ਤੂੰ ਨਾਈ ਨੂੰ ਸੱਦ ਕੇ ਦੇ ਕੇਸ ਲਵਾ ਦੇ। ਕਹਿੰਦਾ ਰਾਏ ਤਾਂ ਚੰਗੀ ਹੈ। ਜ਼ਕਰੀਆ ਖਾਨ ਨੇ ਨਾਈ ਨੂੰ ਸੱਦਿਆ, ਉਹਨੂੰ ਹੁਕਮ ਕੀਤਾ ਸਿੱਖ ਦੇ ਕੇਸ ਕਤਲ ਕਰ ਦੇ। ਭਾਈ ਤਾਰੂ ਸਿੰਘ ਨੂੰ ਪੁੱਠੀ ਹੱਥ ਘੜੀ ਵੱਜੀ ਹੋਈ ਹੈ ਅਤੇ ਇਹਦੇ ਸਰੀਰ 'ਤੇ ਜਿੰਨੇ ਕਸ਼ਟ ਆਏ ਨੇ 7 ਦਿਨ ਸਹੀ ਗਿਆ। ਅੱਜ ਸਰੀਰਕ ਕਸ਼ਟ ਨਹੀਂ, ਰੋਮਾਂ ਦੀ ਬੇਅਦਬੀ ਕੀਤਿਆਂ ਰੋਮ ਕੱਟਿਆ ਹੋਇਆ, ਕੋਈ ਤਕਲੀਫ ਤਾਂ ਨਹੀਂ ਸਰੀਰ ਨੂੰ ਹੁੰਦੀ? ਜੇ ਹੁੰਦੀ ਹੋਵੇ ਤਾਂ ਜਿਹੜੇ ਚਾਅ ਨਾਲ ਹੀ ਨਾਈਆਂ ਦੇ ਅੱਗੇ ਬੂਥੀਆਂ ਜਾ ਡਾਉਂਦੇ ਨਾ ਡਾਉਣ, ਤਕਲੀਫ ਹੁੰਦੀ ਹੋਵੇ ਤਾਂ ਨਹੀਂ ਹੁੰਦੀ। ਲੇਕਿਨ ਜਿਹੜੀ ਤਕਲੀਫ ਭਾਈ ਤਾਰੂ ਸਿੰਘ ਨੂੰ ਹੈ, ਜਿਹੜੀ ਭਾਈ ਤਾਰੂ ਸਿੰਘ ਨੂੰ ਮਹਿਸੂਸ ਹੁੰਦੀ ਹੈ, ਉਹ ਸਰੀਰਕ ਤਕਲੀਫ ਨਾਲੋਂ ਬਹੁਤੀ ਤਕਲੀਫ ਹੈ। ਸਿੱਖੀ ਦੇ ਵਾਰ ਹੋ ਰਿਹਾ, ਇੱਕ ਬਣਾਇਆ ਹੁਣ। ਕਹਿੰਦਾ ਕਲਗੀਧਰ ਪਿਤਾ, ਸਰੀਰਕ ਕਸ਼ਟ ਇਹਨੂੰ ਵੀ ਬਹੁਤੇ ਆ ਜਾਣ, ਮੈਂ ਘਬਰਾਉਂਦਾ ਨਹੀਂ ਸਾਂ। ਅੱਜ ਆ ਸਿੱਖੀ ਤੇ ਵਾਰ, ਭਾਈ ਤਾਰੂ ਸਿੰਘ ਦੇ ਕੇਸ ਕੱਟੇ ਜਾਣਗੇ, ਤੇਰੇ ਖਾਲਸੇ ਦਾ ਕੇਸਰੀ ਨਿਸ਼ਾਨ ਨੀਵਾਂ ਹੋ ਜਾਏਗਾ। ਪਾਤਸ਼ਾਹ ਆਪਣੇ ਪੰਥ ਦੀ ਲਾਜ ਰੱਖ, ਨਾਈ ਕੇਸਾਂ 'ਤੇ ਵਾਰ ਕਰਦਾ ਅਤੇ ਸਤਿਗੁਰੂ ਅਮਦਾਦ ਕੀ ਕਰਦਾ, ਸੁਣੋ ਇਸ ਕਰਦਾ। ਸਖਤੀ ਸੇ ਸੂਬੇ ਨਾਈ ਨੂੰ ਬੁਲਾ ਲਿਆ, ਸਿੰਘ ਬੋਲ ਬਾਜਾਂ ਵਾਲੇ ਨੂੰ ਤਿਆ ਲਿਆ। ਸੇਵਕ ਦੇ ਹਿਰਦੇ ਦੀ ਲਵੋ ਲੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਸਿੱਧਾ ਗੁੰਦਾ ਵਾਰ ਸਾਹਮਣੇ ਸਹਾਰਦਾ, ਕਦੇ ਨੀ ਸਾ ਤੇਰੀ ਤਾਕਤ ਵੰਗਾਰਦਾ। ਚੱਲ ਪਿਆ ਉਲਟਾ ਚਾ ਰੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਅਸੂ ਵਾਲਾ ਖੰਡੇ ਤਾਰ ਪਾਣਦਾ, ਨੀਵਾ ਨਾਵਾ ਗੁੰਦਾ ਕੇਸਰੀ ਨਿਸ਼ਾਨਦਾ। ਸਾਰੀ ਕੌਮੀ ਕਰਾ ਮਾਤ ਦੀ ਪਰਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਮੇਰੀ ਖਾਰ ਨਾ ਤੇ ਖਾਣ ਤੁਜਦੀ, ਸਿੱਖੀ ਦੀ ਤਖੀ ਨਾ ਮੋਜਾ ਨੂੰ ਨੀ ਪੁੱਜਦੀ। ਆਪਣੀ ਲੈ ਰੱਖ ਜੀ, ਹਾਂ ਆਪਣੀ ਲੈ ਰੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਗਲਾ ਲੱਥ ਜਾਵੇ ਜੀ, ਗਲਾ ਲੱਥ ਜਾਵੇ ਪਰ ਗੱਲ ਰਹਿ ਜਾਵੇ, ਹਾਰੀ ਹੋਈ ਗੱਲ ਨਾ ਗਲੇ ਚ ਪੈ ਜਾਵੇ। ਹਾਰ ਨਾਲੋਂ ਚੰਗਾ ਲੈਣਾ ਜ਼ਹਿਰ ਚੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਉਸਤਰੇ ਤੇ ਕੈਂਚੀਆਂ ਨਾ ਪਾਉਣ ਜੀ, ਕੈਂਚੀਆਂ ਨਾ ਪਾਉਣ ਜੀ, ਖਾਲਸੇ ਦੇ ਨੇਤਰ ਨਾ ਨੀਵੇਂ ਹੋਣ ਜੀ। ਮੇਰੇ ਵੱਲੇ ਕਰ ਦੇ ਇਸ਼ਾਰਾ ਅੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਸਤਿਗੁਰੂ ਆਪਣਾ ਵੰਗਾਰਿਆ, ਨਾਈ ਕਰ ਤੇਜ ਸੰਦਾਂ ਨੂੰ ਸਵਾਰਿਆ। ਅੱਜ ਮੁੱਚ ਸਕੇ ਨਹੀਂ ਵਗਾਰ ਕੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਸਦਕਾ ਜੀਆਂ ਕਰੋੜ ਕੋਲੀਆਂ, ਤਾਰੂ ਸਿੰਘ ਜਿੱਤਦਾ ਅੱਜ ਕਾਰਾ ਬੋਲਿਆ ਜੀ, ਜਿਕਾਰਾ ਬੋਲਿਆ। ਚਮਕਾਰਾ ਤੇਜ ਦੇਵੇ ਦੱਖ ਜੀ, ਹਾਂ ਤੇਜ ਦੇਵੇ ਦੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਸਤਿਗੁਰੂ ਪੱਖ ਤੇ ਖਲੋ ਗਿਆ, ਤੇ ਖਾਲਸੇ ਦਾ ਜੀਵਨ ਉਹ ਚਿਹਰਾ ਹੋ ਗਿਆ। ਲਿੱਤੀ ਖੱਤੀ ਜੋ ਲੱਖਾਂ ਦੇ ਲੱਖ ਜੀ, ਹਾਂ ਲੱਖਾਂ ਦੇ ਲੱਖ ਜੀ, ਸੀਸ ਨਾਲੋਂ ਕੇਸ ਹੋਵਣ ਨਾ ਵੱਖ ਜੀ। ਨਾਈ ਨੇ ਛੁਹਾਈ ਕੈਂਚੀ ਕੇਸਾਂ ਨੂੰ, ਪਰ ਕੈਂਚੀ ਨੇ ਕੋਈ ਰੋਮ ਨਹੀਂ ਕੱਟਿਆ ਸਰੀਰ ਦਾ, ਸਿਰ ਦਾ ਕੇਸ ਨਹੀਂ ਕੋਈ ਕੱਟਿਆ। ਨਾਈ ਨੇ ਕੈਂਚੀ ਦੀ ਧਾਰ ਵੇਖੀ ਕਿ ਨੁਕਸ ਉਹਦੇ 'ਚ ਵੀ ਕੋਈ ਨਹੀਂ ਜਾਪਿਆ। ਫਿਰ ਉਹਨੇ ਕੈਂਚੀ ਬਦਲੀ ਜਾਂ ਦੂਜੀ ਕੈਂਚੀ ਲਾਈ ਅਤੇ ਕੰਮ ਉਹ ਵੀ ਨਹੀਂ ਕਰਦੀ। ਫਿਰ ਕੈਂਚੀ ਦੀ ਧਾਰ ਵੇਂਦਾ ਹੈ ਜਾਂ 3-4 ਕੈਂਚੀਆਂ ਬਦਲ ਬੈਠਾ, ਕੈਂਚੀ ਕਿਸੇ ਵੀ ਕੰਮ ਨਹੀਂ ਕੀਤਾ। ਅਤੇ ਉਹਨੂੰ ਪਤਾ ਲੱਗਾ ਭਈ ਕੈਂਚੀ 'ਚ ਨੁਕਸ ਨਹੀਂ, ਇਹ ਤਾਂ ਸਿੱਖ ਦੇ ਗੁਰੂ ਦੀ ਕੋਈ ਸ਼ਕਤੀ ਹੈ। ਉਹਨੇ ਜ਼ਕਰੀਆ ਖਾਨ ਵੱਲ ਨਾਈ ਨੇ ਵੇਖਿਆ, ਜ਼ਕਰੀਆ ਖਾਨ ਨੇ ਨਾਈ ਵੱਲ ਵੇਖਿਆ ਅਤੇ ਨਾਈ ਨੇ ਸਿਰ ਫੇਰਿਆ ਭਈ ਕੈਂਚੀਆਂ ਉਸ ਤਰ੍ਹਾਂ ਨਹੀਂ ਕੰਮ ਕਰਦੇ। ਜ਼ਕਰੀਆ ਖਾਨ ਦਾ ਫਿਰ ਸਿਰ ਨੀਵਾਂ। ਕਾਜ਼ੀ ਕਹਿੰਦਾ ਜ਼ਕਰੀਆ ਖਾਨ ਫਿਰ ਸਿਰ ਨੀਵਾਂ ਕਰ ਰਿਹਾ ਏ।
आंदा सिर नी ना ना करां ना ते की ना करां आवी कदे तमाशा दुनिया दे इतिहास अज तक नहीं सुनिया दुनिया दे इतिहास विच भई एक मनुख दे नाई दी कैंची केस नहीं कटदी इह तां नवां ही तमाशा है ना पढ़िया है ना कदे सुनिया है जी को भगवान रामचंद्र ने आख्या सी ना भई सोने दा हरण वेद पुराण विच सुनिया ही नहीं अज तक ना ब्रह्मा दी रचना विच कोई बनिया ही है ते मैं अनजाण पुणे नाल उठ के ही सोने दे हरण दा शिकार तुर पिया वो छल सी वह हैरान होया भई ये सिख की कोई करामात है ते काजी कहिंदा है ओदी हैरानी दूर करन लगा है कहिंदा जकरिया खान ये जादूगरी है इथों जादूगर सद के तेनू मैं कई हो जे तमाशे विखा दे मैं कहिंदा फिर की करिए काजी कहिंदा इहनू जादूगरी विखाउण दा पता लग जाए तू सद मोची नू ते इहदी खोपरी लुआ दे रंबी नाल आंदा गल ते तेरी सही है मोची सदिया उहनू कहण लगे तारू सिंह दी खोपरी उतार दे मोची ने रंबी तेज कीती हुण तारू सिंह ने अरदास नहीं कीती गुरु नू नहीं मंगा रहा मेरी अमदाद करो केस लैण नालों किड्डा वड्डा दुख सी खोपरी लैणी पर ए शरीरक कष्ट सी खोपरी लैण नाल सिखी दी शान उच्ची होनी सी केस लैण नाल नीवी होनी सी रखनी ते सिखी दी शान सी मोची ने रंबी तेज कीती ओह मथे ते टकाई पिथों थोड़े दी मारी सट रंबी दुसार पार लंघ गई भाई तारू सिंह दी खोपरी सिर तों लै गई तारू सिंह ने गर्जवा जित दा इक जकारा फेर छड़िया ते चार जकरिया खान नाल गल्लां करदा है सुनो इस गल्ल ए जादूगर कोई पारा ए काजी ने आख सुनाया ए सड़ बल के सूबे जालम ने मोची नू तुरत बुलाया ए कहिंदा इस सिखड़े काफर दे सिर वाल खोपरी ला देवो ए दीन ईन ना मनदा ए सिखी दा मजा चखा देवो रंबी दी तार सवार तिखी रंबी दी तार सवार तिखी मोची ने मथे टकाई पिछों सट मार थोड़े दी सिर पार दसार लंघाई दो फारे कर तरबूज जिमें दो फारे कर तरबूज जिमें अद सीस उपरों ला दिता बन अनक फुआरे खून चले सिंह गहरी गंग नवा दिता पीड़ा दुख दर्द जनाया नहीं जय कारा गर्ज बुलाया ए जो लाड़ी मौत भी आन लई गल केसरी जामा पाया ए मेरे आख सुनाया सूबे नू आख सुनाया सूबे नू मैं तेरे वार सहारे ने ले अपना आप संभाल जरा हुण आए वार हमारे ने तू जुल्म करे निर्दोषा ते जुल्म करे निर्दोषा ते बदिया दा बदला पाना ए गल जैमत दा पापा तैनू ला जुती अगे लजाना ए अपने दोजख विच पा के ते तेरे पाप ही तैनू सारनगे तोड़नगे मास जंबूराना ते चरखी उत्ते चारनगे निरपय गुर सुख दे बोला ने निरपय गुर सिख दे बोला ने सूबे दा सास का दिता उस कह के शहरी सिंगानू सिंग लहू लुहान चका दिता लै गए गुरु दवारे जा सिंह सेवा करन संभार लगे सब वेखण वाले दैल गए ते करने हाहाकार लगे कैर कर्म दे कारे दी विच शहर दे फिरी दुहाई ए तक जीवन सिंगा सूबे ते किवें आफत बन के आई ए ये मेरी तैयारी कर मैं तेनू जुती अके ला के ले जाना है जकरिया खान दियाँ फेर अखा नीवियाँ हो गई पर ऐतका काजी ने राय कोई नहीं दी शहर दियाँ गुरसिखा सद के जकरिया खान ने तारू सिंह लहू लुहान चुका दिता वह गुरुद्वारे लै गए सेवा करन लगे शहर में हाहाकार मच गई भाई जकरिया खान ने नदोश सिंह की खोपरी लुआ दी है
ਜ਼ਕਰੀਆ ਖਾਨ ਕਚਹਿਰੀ 'ਚੋਂ ਉੱਠਿਆ, ਇਹ ਮਹੱਲਾ ਨੂੰ ਗਿਆ। ਰਾਹ ਵਿੱਚ ਇਹਦੇ ਢਿੱਡ ਵਿੱਚ ਮਾੜੀ ਜਿਹੀ ਦਰਦ ਹੋਈ, ਉਹੋ ਹੀ ਦਰਦ ਘਰ ਜਾ ਕੇ ਤਾਂ ਸੂਲ ਬਣ ਗਿਆ, ਪਿਸ਼ਾਬ ਦਾ ਪੈ ਗਿਆ ਬੰਨ। ਸ਼ਾਹੀ ਹਕੀਮ ਇਲਾਜ ਕਰਨ ਲੱਗੇ, ਜਿਉਂ ਜਿਉਂ ਇਲਾਜ ਹੁੰਦਾ ਹੈ ਤਿਉਂ ਤਿਉਂ ਬਿਮਾਰੀ ਵੱਧਦੀ ਜਾਂਦੀ ਹੈ, ਅਤੇ ਜਦੋਂ ਇਲਾਜ ਨਾਲ ਨਾ ਫਰਕ ਪਵੇ ਉਦੋਂ ਬੀਬੀਆਂ ਭੈਣਾਂ ਛੇਤੀ ਰਾਏ ਦੇਣ ਲੱਗ ਪਈਆਂ, ਬੇਬੇ ਕੋਈ ਬਾਹਰ ਦੀ ਛੈ ਨਾ ਹੋਵੇ, ਬਾਹਰ ਦੀਆਂ ਛਾਇਆਂ ਦਾ ਇਲਾਜ ਕਰਨ ਵਾਲੇ ਸੱਦੇ ਗਏ, ਅਤੇ ਫਰਕ ਗੁਲਾਮਾਂ ਵਾਲਿਆਂ ਤੋਂ ਵੀ ਨਹੀਂ ਪੈਂਦਾ। ਜਾਂਦਾ ਕਲਾਮ ਨਾ ਫਰਕ ਪਏ ਨਾ ਇਲਾਜ ਨਾ ਪਏ, ਫਿਰ ਕੀ ਕਰਦਾ? ਫਿਰ ਬੰਦਾ ਆਪਣੇ ਇਸ਼ਟ ਦੇ ਤਰਲੇ ਲੈਂਦਾ, ਭਈ ਮੇਰੇ 'ਤੇ ਰਹਿਮ ਹੋ ਜਾਏ। ਫਿਰ ਸੁੱਖਣਾ ਸੁੱਖਣ ਲੱਗਦਾ, ਚੰਗਿਆਂ ਚੰਗਿਆਂ ਮਜ਼ਾਰਾਂ 'ਤੇ ਜਿੱਥੇ ਲੋਕਾਂ ਦੇ ਦੁੱਖ ਦੂਰ ਹੁੰਦੇ ਸੀ ਉੱਥੇ ਉੱਥੇ ਸੁੱਖਣਾ ਸੁੱਖਣ ਲੱਗਾ, ਅਤੇ ਰਾਮ ਸੁੱਖਣਾ ਸੁੱਖਿਆ ਵੀ ਨਹੀਂ ਆਉਂਦਾ। ਇਹਨੇ ਜੋਤਿਖੀਆਂ ਨੂੰ ਪੁੱਛਿਆ, ਭਈ ਨਾ ਮੇਰੀ ਬਿਮਾਰੀ ਘਟਦੀ ਆ ਨਾ ਮੈਂ ਮਰਦਾ, ਇਹਦਾ ਕਾਰਨ ਕੀ ਹੈ? ਅਤੇ ਜੋਤਿਸ਼ੀ ਕੀ ਦੱਸਦੇ ਨੇ ਸੁਣੋ। ਇਸ ਕਰਤਾ ਉੱਠ ਕੇ ਕਚਹਿਰੀਓਂ ਜਸੂ ਬਸ਼ਾਮ ਨੂੰ ਅਕਾਰ ਨੂੰ ਸਦਾਵਾਂਦਾ, ਘਰੇ ਆਣ ਕੇ ਤੇ ਕੀ ਤਬੀਸ ਰਾਮ ਨੂੰ ਪਾਪ ਯਾਦ ਬਾਵਾਂਦਾ, ਹੋਣ ਲੱਗਾ ਪੇਟ ਸੂਲ ਤੇ ਅਫਾਰਿਆ ਜੀ ਕਰੀ ਦੁਖਦਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਬੰਨ ਪੈ ਗਿਆ ਪਿਸ਼ਾਬ ਦਾ ਹੋਣ ਖਾਰ ਨਾ ਟਲੀ, ਦੇਣ ਲੱਗਾ ਲੇਖਾ ਆਪਣੇ ਹਿਸਾਬ ਦਾ ਭਾਵੀ ਪਾਗ ਲੈ ਖਲੀ, ਭਲਿਆਂ ਭਲਾਈ ਕਹੇ ਸੁਣ ਸਾਰਿਆ ਜੀ ਬੁਰਿਆਂ ਬੁਰਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਕੀਮਾ ਵੈਦਾਂ ਨੂੰ ਬੁਲਾਵਦਾ ਮਰ ਜਾਂਦੇ ਮਾਰਨੇ ਵੀ ਮਰ ਜਾਂਦੇ ਮਾਰਨੇ, ਕੋਈ ਵੀ ਇਲਾਜ ਨਾ ਫਰਕ ਪਾਵਦਾ ਬੈਠੇ ਖੁੱਟ ਹਾਰਨੇ, ਪੁੱਛਦੇ ਦੁਸ਼ਾਂਦੇ ਜਾਂਦੇ ਬੇਕਾਰ ਅੱਜ ਮਰ ਜੂ ਸਵਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਪੀਲੇ ਸ੍ਰੀ ਚੱਕਰ ਆਤਮਾ ਲੜੇ ਵਖਾਲ ਸੇਡ ਨਾਵਦੇ, ਛੋਟੇ ਮੋਟੇ ਹੱਥੀ ਬਾਰਸ਼ੇ ਦੇ ਪਾਲੜੇ ਗੁੱਜੀਆਂ ਚਲਾਵਦੇ, ਲਖੇ ਨਾ ਲੁਕਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਕਲਾਮਾਂ ਕਾਜੀ ਰਹਿਣ ਪਾੜਦੇ ਉਹ ਬੈਠ ਕੇ ਦੁਆ ਲਿਆ ਬੈਠ ਕੇ ਦੁਆ ਲਿਆ, ਪੈਰ ਪੈਰ ਰੋਗ ਜਾਣ ਸੀਰ ਚਾੜਦੇ ਟਲਦੇ ਨਾ ਟਲਿਆ, ਬਾਲ ਬੁੱਧ ਚਿਤੜਾਈ ਹਾਰਿਆ ਜੀ ਸਭੇ ਹਮਰਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਅੱਲਾ ਪੀਰਾਂ ਦਾ ਧਿਆਨ ਧਾਰ ਕੇ ਜੀ ਯਾਰ ਜਾਂ ਗੁਜ਼ਾਰੀਆਂ, ਵੱਡੀਆਂ ਮਜ਼ਾਰਾਂ ਤੇ ਨਿਆਜ ਧਾਰ ਕੇ ਕੀਤੀਆਂ ਪੁਕਾਰੀਆਂ, ਕਿਸੇ ਵੀ ਨਾ ਆਣ ਕੇ ਤੇ ਲੀਤੀ ਸਾਰਿਆਂ ਦੀ ਪੀੜ ਨਾ ਵੰਡਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਨਜੂਮੀ ਕਿਸ ਬੇਕਸੂਰ ਤੇ ਵਕੀ ਤਾਂ ਪਾਪ ਪਾ ਰਹੇ ਵੀ ਕੀ ਤਾਂ ਕੈਰ ਪਾ ਰਹੇ, ਉਸੇ ਅਪਰਾਧ ਪਾਪ ਦਾ ਹਜ਼ੂਰ ਤੇ ਪਿਆ ਪਾਰ ਸਾਰਾ ਏ, ਦੁੱਖ ਲੈਣਾ ਮੌਤ ਨੂੰ ਹਕਾਰਿਆ ਜੀ ਟਲੇ ਨਾ ਟਲਾਈ ਏ, ਪਿਆਇਆ ਰੜਾਵੇ ਕਰਮਾਂ ਦਾ ਮਾਰਿਆ ਦੇਵ ਦਾ ਦੁਹਾਈ ਏ, ਆਖਿਆ ਸੂਬਾ ਜ਼ਕਰੀਆ ਖਾਨ ਤੂੰ ਨਿਰਦੋਸ਼ ਸਿੰਘ ਦੀ ਖੋਪਰੀ ਲਾਈ ਹੈ, ਉਹਦਾ ਬਚਨ ਤੇਰੇ 'ਤੇ ਵਾਰਦ ਹੋ ਗਿਆ ਹੈ, ਜਿੰਨਾ ਚਿਰ ਭਾਈ ਤਾਰੂ ਸਿੰਘ ਨਾ ਬਖਸ਼ੇ ਉਹਨਾਂ ਚਿਰ ਨਾ ਤੂੰ ਮਰਦਾ ਹੈ ਅਤੇ ਨਾ ਤੇਰੀ ਬਿਮਾਰੀ ਘਟਣੀ ਹੈ, ਅਤੇ ਮਰਦਾ ਬੰਦਾ ਕੀ ਨਹੀਂ ਕਰਦਾ। ਹੁਣ ਵੀ ਇਹਨੇ ਫਿਰ ਜੇਲ੍ਹ ਵਿੱਚੋਂ ਕੁਝ ਸਿੰਘਾਂ ਨੂੰ ਕੱਢਿਆ, ਅਤੇ ਜ਼ਿਲ੍ਹੇ ਲਾਹੌਰ 'ਚ ਇੱਕ ਜੰਬਰ ਪਿੰਡ ਹੈ, ਉੱਥੋਂ ਦੇ ਛਬੇਜ ਸਿੰਘ ਅਤੇ ਛਬਾਜ ਸਿੰਘ ਦੋ ਪਿਓ ਪੁੱਤਰ ਸਨ ਜੇਲ੍ਹ ਵਿੱਚ। ਇਹ ਛਬੇਗ ਸਿੰਘ ਬੜੇ ਚਿਰ ਤੋਂ ਸਰਕਾਰੀ ਨੌਕਰੀ ਕਰਦਾ ਸੀ, ਇਹ ਜ਼ਕਰੀਆ ਖਾਨ ਦਾ ਦਰਬਾਰੀ ਵੀ ਸੀ ਸਿੰਘਾਂ ਵਿੱਚ, ਅਤੇ ਜ਼ਕਰੀਆ ਖਾਨ 'ਚ ਜਦੋਂ ਕੋਈ ਰਿਚਣ ਪੈ ਜਾਂਦੀ ਸੀ ਇਹ ਵਿੱਚ ਪੈ ਕੇ ਨਿਬੇੜਦਾ ਹੁੰਦਾ ਸੀ।
ਤੇ ਇਹ ਪਹਿਲਾਂ ਬਟਾਈ ਕਰਾਉਂਦਾ ਸੀ ਲਾਹੌਰ ਦੀ ਸਰਕਾਰੀ ਜ਼ਮੀਨ ਦੀ, ਤੇ ਫਿਰ ਇਹ ਕੋਤਵਾਲ ਬਣ ਗਿਆ। ਇਹਦਾ ਪੁੱਤਰ ਸੀ ਸ਼ਬਾਜ ਸਿੰਘ 19 ਸਾਲ ਦਾ। ਉਹਦੀ ਕਾਜ਼ੀ ਨਾਲ ਬਹਿਸ ਹੋ ਗਈ, ਆਪਾਂ ਗੱਲ ਛੇਤੀ ਛੇਤੀ ਮੁਕਾ ਦਈਏ। ਉਹ ਕਹੇ ਸਿੰਘ ਬੁੱਤ ਪ੍ਰਸਤ ਨੇ, ਇਹਨੇ ਕਿਹਾ ਮੁਸਲਮਾਨ ਬੁੱਤ ਪ੍ਰਸਤ ਨੇ, ਤੇ ਕਾਜ਼ੀ ਹਾਰ ਗਿਆ। ਉਹਨੇ ਆਖਿਆ 19 ਸਾਲ ਦਾ ਮੁੰਡਾ ਮੈਨੂੰ ਜਿੱਤ ਗਿਆ। ਉਹਨੇ ਜ਼ਕਰੀਆ ਖਾਨ ਨੂੰ ਆਖਿਆ, ਇੰਨੀ ਸੂਝ ਬੂਝ ਰੱਖਣ ਵਾਲਾ 19 ਸਾਲ ਦਾ ਬੱਚਾ ਇਹ ਸਿੱਖ ਕਿਉਂ ਹੈ? ਜ਼ਕਰੀਆ ਖਾਨ ਨੇ ਸੱਦ ਲਿਆ, ਪਿਓ ਪੁੱਤਾਂ ਨੂੰ ਹੀ ਸੱਦ ਲਿਆ, ਸ਼ਬੇਗ ਸਿੰਘ ਆ ਆਪਣੇ ਪੁੱਤਰ ਨੂੰ ਆਖ ਇਸਲਾਮ ਧਰਮ 'ਚ ਆ ਜਾਏ। ਇਹ ਕਹਿੰਦਾ ਜ਼ਕਰੀਆ ਖਾਨ, ਅੱਗੇ ਵੀ ਕੋਈ ਸਿੰਘ ਇਸਲਾਮ ਧਰਮ 'ਚ ਲਿਆਂਦਾ ਜੀ? ਸ਼ਬੇਗ ਸਿੰਘ ਆ ਬਾਗੀਆਂ ਦੀ ਗੱਲ ਨਾ ਕਰ, ਤੂੰ ਤੇ ਮੇਰਾ ਘਰ ਦਾ ਬੰਦਾ ਹੈ, ਤੇਰੀ ਨੌਕਰੀ ਬਣੀ ਰਹੇਗੀ, ਇਹਨੂੰ ਆਖ ਇਸਲਾਮ ਧਰਮ 'ਚ ਆ ਜਾਏ। ਆਂਦਾ ਧਾਰਮਿਕ ਨਿਸ਼ਾਨੇ ਨਾਲ ਮੈਂ ਵੀ ਬਾਗੀਆਂ ਨਾਲ ਦਈ ਹਾਂ। ਦੋਵੇਂ ਪਿਓ ਪੁੱਤਰ ਗ੍ਰਿਫਤਾਰ ਕੀਤੇ ਗਏ। ਗੱਲ ਮੁੱਕੀ ਵੀ ਪੁੱਠਾ ਟੰਗ ਕੇ ਜਦੋਂ ਸ਼ਬਾਜ ਸਿੰਘ ਨੂੰ ਕੋਟੜੇ ਮਾਰੇ, ਉਹ ਮੰਨ ਗਿਆ ਇਸਲਾਮ ਤੇ। ਸ਼ਬੇਗ ਸਿੰਘ ਮੇਰੇ ਆਖੇ ਲੱਗ ਜਾਣਾ ਤੇ ਤੇਰੀ ਨੌਕਰੀ ਬਣੀ ਰਹਿੰਦੀ, ਪੁੱਤਰ ਤੇਰਾ ਮੰਨ ਗਿਆ। ਕਹਿੰਦਾ ਮੇਰੇ ਸਾਹਮਣੇ ਲਿਆ ਕੇ ਬਿਆਨ ਲਓ। ਸਾਹਮਣੇ ਲਿਆਂਦਾ, ਸਿੰਘ ਨੇ ਵੇਖਿਆ ਭਾਈ 19 ਸਾਲ ਵਿੱਚ ਇਹਦੇ ਮੱਥੇ ਵਿੱਚ ਰੇਖਾ ਹੈ ਪੱਤ ਧੋਣ ਦੀ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ ਗੁਰਬਾਣੀ ਵਿੱਚ ਪਾਠ ਆਉਂਦਾ। ਉਹਨੇ ਰੇਖਾ ਵੇਖੀ, ਸੱਜੇ ਪੈਰ ਦੇ ਅੰਗੂਠੇ ਨੂੰ ਲਾਈ ਥੋੜ੍ਹੀ ਜਿਹੀ ਰੇਤ, ਉਹਦੇ ਮੱਥੇ 'ਤੇ ਕਸਾਈ ਅਤੇ ਰੇਖਾ ਮੇਟ ਦਿੱਤੀ। ਕਹਿੰਦਾ ਹੁਣ ਬਿਆਨ ਲਓ। ਬਿਆਨ ਲੈ ਸ਼ਬਾਜ ਸਿੰਘ, ਉਹ ਬਿਆਨ ਦੇ ਜਿਹੜੇ ਉੱਥੇ ਦਿੰਦਾ ਸਾਂ, ਆਉਂਦਾ ਉੱਥੋਂ ਵਾਲਿਆਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਹੁਣ ਮੈਂ ਸਿੰਘ ਹਾਂ। ਸ਼ਬੇਗ ਸਿੰਘ ਇਹਨੂੰ ਕੀ ਕੀਤਾ ਜੀ? ਆਉਂਦਾ ਇਹਦੇ ਮੱਥੇ 'ਚ ਰੇਖਾ ਸੀ ਪੱਤ ਧੋਣ ਦੀ, ਅਤੇ ਮੈਂ ਬੁਝਾ ਦਿੱਤੀ ਆ, ਉਹ ਖੇਡਾ ਤੂੰ ਲਿਆ ਹੈ ਜ਼ਕਰੀਆ ਖਾਨ ਦਾ। ਆਉਂਦਾ ਮੈਂ ਉਹ ਲਿਆ ਹੈ, ਤੂੰ ਕੁਝ ਪੁੱਛ ਲੈ। ਉਹ ਫਿਰ ਘੋੜੀ ਲਿਆਇਆ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਟੇਪ ਰਿਕਾਰਡ 'ਚ ਵੀ ਆਉਂਦਾ ਹੈ। ਦੱਸ ਇਸ ਘੋੜੀ ਨੂੰ ਕੀ ਪੈਦਾ ਹੋਣਾ? ਉਹ ਕਹਿੰਦਾ ਨਰ ਖਚਰਾ ਹੈ ਪੇਟ ਮੇਂ ਜਿਸ ਕਾ ਰੰਗ ਕਾਲਾ, ਗਿਆਨੀ ਗਿਆਨ ਸਿੰਘ ਜੀ ਲਿਖਦੇ ਪੰਥ ਪ੍ਰਕਾਸ਼ ਵਿੱਚ, ਮਾਥਾ ਪਾਉਂ ਸਫੈਦ ਪੇਟ ਪਰ ਲਸਣ ਬਸਾਲਾ। ਘੋੜੀ ਦਾ ਪੇਟ ਚਾਕ ਕਰਾਇਆ ਅਤੇ ਉਹ ਜਿਹਾ ਖਚਰਾ ਨਿਕਲਿਆ। ਹੁਣ ਭੈੜਾ ਬੰਦਾ ਚੰਗੀ ਗੱਲ ਕਦੋਂ ਪੁੱਛ ਸਕਦਾ? ਆਉਂਦਾ ਦੱਸ ਮੈਂ ਕਦੋਂ ਮਰਨਾ ਹੈ? ਜ਼ਕਰੀਆ ਖਾਨ ਤੇਰੀ 35 ਦਿਨ ਉਮਰ ਰਹਿ ਗਈ ਹੈ, ਸ਼ਬੇਗ ਸਿੰਘ ਕਹਿੰਦਾ। ਤੂੰ ਕਿਸੇ ਸਿੰਘ ਦੀਆਂ ਜੁੱਤੀਆਂ ਖਾਏਗਾ, ਤੇਰੇ ਸਿਰ ਦੀ ਖੋਪਰੀ ਉੱਡ ਜਾਏਗੀ ਅਤੇ ਇਸ ਤਰ੍ਹਾਂ ਮਰੇਗਾ। ਉਦੋਂ ਹਫ਼ਤਾ ਕੁ ਬਾਅਦ ਭਾਈ ਤਾਰੂ ਸਿੰਘ ਵਾਲੀ ਕਥਾ ਬਣ ਗਈ। ਇਹ ਸ਼ਬੇਗ ਸਿੰਘ ਨੂੰ ਕੱਢਿਆ ਜੇਲ੍ਹ ਵਿੱਚੋਂ, ਇਹਨੂੰ ਭੇਟਾ ਦਿੱਤੀ, ਸ਼ਬੇਗ ਸਿੰਘ ਅੱਜ ਤੋਂ ਲੈ ਕੇ ਜਿੰਨਾ ਚਿਰ ਮੈਂ ਲਾਹੌਰ ਦਾ ਹਾਕਮ ਹਾਂ, ਮੈਂ ਸਿੱਖਾਂ ਨਾਲ ਕੋਈ ਤਕਰਾਰ ਨਹੀਂ ਕਰਦਾ, ਮੇਰੀ ਜਾਨ ਬਖਸ਼ੀ ਕਰਾ ਦਿਓ ਭਾਈ ਤਾਰੂ ਸਿੰਘ ਤੋਂ। ਭਾਈ ਤਾਰੂ ਸਿੰਘ ਕੋਲ ਵੀ ਸਿੰਘਾਂ ਦਾ ਜਥਾ ਗਿਆ। ਤਾਰੂ ਸਿੰਘ ਨੂੰ ਕਿਹਾ, ਉਹ ਕਹਿਣ ਲੱਗਾ, ਤਾਰੂ ਸਿੰਘ ਨੇ ਆਪਣੇ ਬਲ ਨਾਲ ਥੋੜ੍ਹਾ ਆਖਿਆ ਜੋ ਆਖਿਆ। ਕਈ ਸਾਧ ਸੰਤ ਥੋੜ੍ਹੀ ਜਿਹੀ ਕਰਾਮਾਤ ਪਾ ਕੇ ਮੱਛਰ ਜਾਂਦੇ ਆ ਵੀ ਮੈਂ ਹੀ ਕੀਤਾ ਫਲਾਨਾ ਕੰਮ, ਲੇਕਿਨ ਗੁਰਸਿੱਖ ਸਤਿਗੁਰੂ ਦੇ ਆਸਰੇ ਕਰਦਾ, ਬਿਰਥਾ ਕਦੇ ਨਾ ਹੋਵੀ ਜਾਨਕੀ ਅਰਦਾਸ। ਕਹਿੰਦਾ ਤਾਰੂ ਸਿੰਘ ਨੇ ਆਪਣੇ ਬਲ ਨਾਲ ਨਹੀਂ ਕੀਤਾ, ਸਤਿਗੁਰੂ ਅੱਗੇ ਅਰਦਾਸ ਕੀਤੀ ਹੈ, ਸਤਿਗੁਰੂ ਦੇ ਬਲ 'ਤੇ ਕੀਤਾ ਹੈ, ਅਤੇ ਸਤਿਗੁਰੂ ਦੀ ਸ਼ਕਤੀ ਜਿਹੜੀ ਹੈ ਉਹਨੂੰ ਵਾਪਸ ਕਰਨਾ ਤਾਰੂ ਸਿੰਘ ਨਹੀਂ ਕਰ ਸਕਦਾ, ਖਾਲਸਾ ਪੰਥ ਅੰਮ੍ਰਿਤਸਰ ਬੈਠਾ ਉੱਥੋਂ ਜਾ ਕੇ ਕਰਾ ਲਓ। ਫਿਰ ਭੇਟਾ ਦੇ ਕੇ ਜ਼ਕਰੀਆ ਖਾਨ ਨੇ ਅੰਮ੍ਰਿਤਸਰ ਘੱਲਿਆ ਸ਼ਬੇਗ ਸਿੰਘ ਨੂੰ। ਅੰਮ੍ਰਿਤਸਰ ਜਾ ਕੇ ਜਦੋਂ ਇਹਨੇ ਗੱਲ ਸੁਣਾਈ, ਨਵਾਬ ਕਪੂਰ ਸਿੰਘ ਪੰਥ ਦਾ ਆਗੂ ਸੀ ਅਤੇ ਵਿੱਚ ਇਹੋ ਜਿਹੇ ਸਿੰਘ ਵੀ ਹੁੰਦੇ ਨੇ, ਉਹਨਾਂ ਆਖਿਆ ਮਰਨ ਦਿਓ ਕੁੱਤੇ ਦੀ ਮੁਕਤੇ, ਫਿਰ ਹੁਣ ਕਿਉਂ ਤਾਂ ਲਿਹਾਜ਼ ਕਰਦੇ ਹੋ? ਸ਼ਬੇਗ ਸਿੰਘ ਕਹਿੰਦਾ ਮੇਰੇ ਨਹੀਂ ਆਉਂਦਾ, ਉਹ ਬਚ ਰਹੇ, ਉਹ ਪੰਥ ਦੀ ਸ਼ਰਨ ਆਇਆ ਹੈ ਅਤੇ ਉਹਨੂੰ ਕੋਈ ਸ਼ਕਤੀ ਵਿਖਾਉਣੀ ਚਾਹੀਦੀ ਹੈ। 5 ਭੁਜੰਗੀ ਸਿੰਘ ਖਿਲਾਰ ਕੇ ਅਰਦਾਸ ਕਰਾਈ, ਆਪਾਂ ਤਾਂ ਹੁਣ ਬੱਚੇ ਨੂੰ ਹੀ ਭੁਜੰਗੀ ਆਖਦੇ ਨੇ। ਭੁਜੰਗੀ ਕਿਹੜੇ ਕਿਹੜੇ ਸਿੰਘ ਦਾ ਨਾਂ ਹੁੰਦਾ ਸੀ? ਜਿਹਨੇ ਪ੍ਰਣ ਕੀਤਾ ਹੁੰਦਾ ਸੀ ਭਾਈ ਜਿੰਨਾ ਚਿਰ ਮੁਗਲੀਆ ਹਕੂਮਤ ਨਾ ਬਦਲ ਜਾਏ ਉਹਨਾਂ ਚਿਰ ਮੈਂ ਗ੍ਰਿਸਤ ਧਰਮ 'ਚ ਪੈਰ ਨਹੀਂ ਧਰਨਾ, ਵਿਆਹ ਨਹੀਂ ਕਰਾਉਣਾ। ਭਾਈ ਤਾਰੂ ਸਿੰਘ ਵੀ ਉਹਨਾਂ 'ਚ ਹੀ ਸੀ, ਐਵੇਂ ਤਾਂ ਸੀ ਨਹੀਂ ਸ਼ਕਤੀ। 23 ਸਾਲ ਦਾ ਗੱਭਰੂ, ਮਾਪਿਆਂ ਦਾ ਇਕਲੌਤਾ ਪੁੱਤਰ, ਤਾਂ ਵਿਆਹਿਆ ਨਹੀਂ ਸੀ। ਅਰਦਾਸ ਕਰਾਈ, ਜਦੋਂ ਵੀ ਕੋਈ ਔਕੜ ਬਣਦੀ ਸੀ ਖਾਲਸਾ ਪੰਥ 'ਤੇ ਉਦੋਂ 5 ਭੁਜੰਗੀ ਸਿੰਘ ਖਿਲਾਰ ਕੇ ਅਰਦਾਸ ਕਰਾਈ ਜਾਂਦੀ ਸੀ ਅਤੇ ਫਤਿਹ ਪ੍ਰਾਪਤ ਹੁੰਦੀ ਸੀ। ਅਰਦਾਸ ਹੋਈ, ਭਾਈ ਤਾਰੂ ਸਿੰਘ ਦੇ ਪੈਰ ਦੀ ਹੋਵੇ ਜੁੱਤੀ, ਉਹ ਹੋਵੇ ਕਿਸੇ ਸਿੰਘ ਦੇ ਹੱਥ ਵਿੱਚ ਅਤੇ ਜ਼ਕਰੀਆ ਖਾਨ ਦੇ ਵੱਜੇ ਸਿਰ ਵਿੱਚ।
ਜਿਉਂ ਜਿਉਂ ਵੱਜਣ ਗਿਆ ਤਿਉਂ ਤਿਉਂ ਬਿਮਾਰੀ ਘਟੇਗੀ, ਪਰ ਘਟੇਗੀ ਉਹਨਾਂ ਚਿਰ ਜਿੰਨਾ ਚਿਰ ਇਲਾਜ ਹੁੰਦਾ ਰਹੇ। ਜਦੋਂ ਇਲਾਜ ਖਲੋ ਜਾਏ ਬਿਮਾਰੀ ਫਿਰ ਉਸੇ ਡਿਗਰੀ 'ਤੇ ਪਹੁੰਚ ਜਾ ਕਰੇਗੀ। ਫਾਰਮੂਲਾ ਹੀ ਮਿਲ ਗਿਆ, ਪੈਸਾ ਵੀ ਕੋਈ ਨਹੀਂ ਲੱਗਾ। ਛਬੇਕ ਸਿੰਘ ਵਾਪਸ ਆਇਆ, ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਮੰਗਵਾਈ, ਛਬੇਕ ਸਿੰਘ ਦੇ ਹੱਥ ਵਿੱਚ ਦਿੱਤੀ ਅਤੇ ਜ਼ਕਰੀਆ ਖਾਨ ਦਾ ਇਲਾਜ ਹੋਣ ਲੱਗਾ। ਸੁਣੋ ਇਸ ਜੈਮਤ ਸਭ ਜੋਰ ਗਵਾ ਦਿੰਦੀ, ਖੋ ਲੈਂਦੀ ਮਾਂ ਨਾ ਵਡਾਈ ਏ, ਇਹ ਜਬਰਾਂ ਨੂੰ ਫੜ ਜੇਰ ਕਰੇ, ਜੇਰਾਂ ਦਰਦ ਚਕਾਈ ਏ। ਜੋਰ ਉੜਦਾ ਜਾਂਦਾ ਬੰਦਾ ਕੋਈ, ਤਿਣਕੇ ਦਾ ਤੱਕੇ ਸਹਾਰਾ ਏ, ਜੋ ਮਰਦਾ ਕੀ ਨਹੀਂ ਕਰਦਾ ਏ, ਉਹ ਸੂਬਾ ਲਾਉਂਦਾ ਚਾਰਾ ਏ। ਸਿੰਘ ਸ਼ਬੇਗ ਨੂੰ ਕਹਿਣ ਲੱਗਾ, ਜਾ ਅੰਮ੍ਰਿਤ ਸਰ ਗੱਲ ਰਹਿ ਜਾਵੇ, ਕਰ ਪੰਥ ਦੇ ਪਾਸ ਅਪੀਲ ਮੇਰੀ, ਜ਼ਿੰਦਗੀ ਦਾ ਖੈਰ ਜੇ ਪੈ ਜਾਵੇ। ਜਾ ਅੰਮ੍ਰਿਤਸਰ, ਸ਼ਬੇਗ ਸਿੰਘ ਨੇ ਸਾਰੀ ਗੱਲ ਸੁਣਾਈ ਏ, ਜੋ ਤਾਰੂ ਸਿੰਘ ਨੇ ਕਸ਼ਟ ਸਹੇ, ਪਾਰੀ ਨਾ ਮੰਨੀ ਕਾਈ ਏ। ਫਿਰ ਹੋਏ ਸਵਾਲ ਜਵਾਬ ਜਿਵੇਂ, ਸਭ ਖੋਲ ਕੇ ਆਖ ਸੁਣਾਇਆ ਏ, ਜੋ ਤਾਰੂ ਸਿੰਘ ਦੇ ਬਚਨਾਂ ਨੇ ਸੂਬੇ ਤੇ ਗਲਬਾ ਪਾਇਆ ਏ। ਕੋਈ ਪੀਰ ਫਕੀਰ ਨਾ ਸੁਣਦਾ ਏ, ਪਿਆ ਮੰਜੇ ਤੇ ਰੜਾਂਦਾ ਏ, ਹੁਣ ਪੰਥ ਕਰੇ ਇਮਦਾਦ ਮੇਰੀ, ਇਉਂ ਮਿੰਤਾਂ ਤਰਲੇ ਪਾਉਂਦਾ ਏ। ਮੈਂ ਗੁਨਾਹਗਾਰ ਗੁਰੂ ਕਰਦਾ ਗਾ, ਗੁਨਾਹਗਾਰ ਗੁਰੂ ਕਰਦਾ ਗਾ, ਮੇਰੇ ਕੁੱਲ ਕਸੂਰ ਮੁਆਫ ਕਰੋ, ਤੁਸੀਂ ਬਖਸ਼ਣ ਯੋਗ ਹੋ ਬਖਸ਼ ਲਵੋ, ਮੇਰੀ ਸਿਹਤ ਲਈ ਅਰਦਾਸ ਕਰੋ। ਫਿਰ ਤੁਸਾਂ ਦੇ ਨਾਲ ਵਿਗਾੜਾ ਨਾ, ਇਹ ਮੇਰੇ ਤੇ ਉਪਕਾਰ ਕਰੋ, ਜ਼ਿੰਦਗੀ ਦੇ ਰੁੜਦੇ ਬੇੜੇ ਨੂੰ ਲਾ ਮੇਰ ਦਾ ਚੱਪੂ ਪਾਰ ਕਰੋ। ਧੰਨ ਤਾਰੂ ਸਿੰਘ ਦਾ ਸਿਦਕ ਸੱਚਾ, ਤਾਰੂ ਸਿੰਘ ਦਾ ਸਿਦਕ ਸੱਚਾ, ਸੁਣ ਸਭਨਾ ਮਤਾ ਪਕਾਇਆ ਏ, ਲੱਖ ਲਾਂਤ ਪਾ ਕੇ ਸੂਬੇ ਨੂੰ ਸਭ ਸਿੰਘਾਂ ਆਖ ਸੁਣਾਇਆ ਏ। ਪਾਪੀ ਦੀ ਮੌਤ ਨਹੀਂ ਟਲ ਸਕਦੀ, ਪਾਪੀ ਦੀ ਮੌਤ ਨਹੀਂ ਟਲ ਸਕਦੀ, ਇਉਂ ਰੋਗ ਰਤੀ ਘਟ ਜਾਵੇਗਾ, ਜੇ ਤਾਰੂ ਸਿੰਘ ਦਾ ਛਿੱਤਰ ਕੋਈ ਸਿੰਘ ਸੂਬੇ ਸਿਰ ਖੜਕਾਵੇਗਾ। ਪੰਥ ਨੂੰ ਫੈਸਲਾ ਸੂਬੇ ਨੂੰ, ਪੰਥ ਨੂੰ ਫੈਸਲਾ ਸੂਬੇ, ਸਿੰਘ ਸ਼ੁਬੇਗ ਸੁਣਾਇਆ ਏ, ਤਾਂ ਤਾਰੂ ਸਿੰਘ ਦੇ ਪੈਰ ਦਾ ਪੌਲਾ ਸੂਬੇ ਨੇ ਮੰਗਵਾਇਆ ਏ। ਹਰ ਲੱਗਾ ਜੜਨ ਸ਼ੁਬੇਗ ਸਿੰਘ, ਸਿਰ ਸੂਬਾ ਜਾਏ ਸਹਾਰੇ ਆ, ਕੁਝ ਬੰਨ ਪਿਸ਼ਾਬ ਦਾ ਖੁੱਲ ਗਿਆ, ਇਹ ਔਸ਼ਧ ਆਈ ਕਾਰੇ ਆ। ਸਿਰ ਪੈਂਦੀ ਰਹੇ ਆਰਾਮ ਰਹੇ, ਰੁਕ ਜਾਵੇ ਤਾਂ ਅਰੜਾਉਣ ਲੱਗੇ, ਅਰੜਾਵੇ ਤਾਂ ਸ਼ੁਬੇਗ ਸਿੰਘ ਹੱਦ ਛਿੱਤਰ ਲੈ ਖੜਕਾਉਣ ਲੱਗੇ। ਕਈ ਰੋਜ਼ ਜੁੱਤੀਆਂ ਖਾਂਦੇ ਦਾ, ਕਈ ਰੋਜ਼ ਜੁੱਤੀਆਂ ਖਾਂਦੇ ਦਾ, ਸਿਰ ਖੋਪਰ ਚਮੜਾ ਲੈ ਗਿਆ ਏ, ਲੇਖਾ ਦੇ ਤੁਰਿਆ ਜੀਵਨ ਦਾ, ਤੇ ਪੰਗਲ ਮੇਰੇ ਪੈ ਗਿਆ ਏ। ਸੰਤ ਜੀ, ਇਲਾਜ ਨਾਲ ਸੱਚਮੁੱਚ ਬਿਮਾਰੀ ਘਟਣੀ ਸ਼ੁਰੂ ਹੋ ਗਈ। ਜਿਉਂ ਜਿਉਂ ਵੱਜਦੀਆਂ ਹੈ ਤਿਉਂ ਤਿਉਂ ਪਿਸ਼ਾਬ ਦਾ ਬੰਨ ਖੁੱਲਦਾ ਜਾਂਦਾ ਹੈ, ਅਤੇ ਆਰਾਮ ਕਿੰਨਾ ਚਿਰ ਰਹਿੰਦਾ, ਜਿੰਨਾ ਚਿਰ ਇਲਾਜ ਸ਼ੁਰੂ ਰਹਿੰਦਾ ਹੈ। ਜਦੋਂ ਇਲਾਜ ਖਲੋ ਜਾਂਦਾ, ਬਿਮਾਰੀ ਫਿਰ ਉੱਥੇ ਡਿਗਰੀ 'ਤੇ, ਅਤੇ ਇਲਾਜ ਫਿਰ ਸ਼ੁਰੂ। 14 ਦਿਨ ਜ਼ਕਰੀਆ ਖਾਨ ਦਾ ਇਲਾਜ ਹੁੰਦਾ ਰਿਹਾ। ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਇਹਦੀ ਸਿਰ ਦੀ ਖੋਪਰੀ ਉੱਡ ਗਈ। 14 ਦਿਨੀ ਇਹ ਪਰਲੋਕ ਦੇ ਰਾਹ ਪੈ ਗਿਆ। ਭਾਈ ਤਾਰੂ ਸਿੰਘ ਨੂੰ ਸੁਣਿਆ ਮਿਲਿਆ ਤਾਰੂ ਸਿੰਘ ਆ, ਭਾਈ ਤਾਰੂ ਸਿੰਘ ਨੂੰ 22 ਦਿਨ ਹੋ ਗਏ ਸੀ ਖੋਪਰੀ ਲੱਤਿਆਂ। 22 ਦਿਨ ਬੈਠਾ ਸੀ, ਨਾ ਕੁਝ ਖਾਧਾ ਸੀ, ਨਾ ਪੀਤਾ ਸੀ, ਨਾਮ ਜਪਦਾ ਸੀ। ਸੁਣਿਆ ਮਿਲਿਆ ਤਾਰੂ ਸਿੰਘ ਆ, ਜ਼ਕਰੀਆ ਖਾਨ ਨਰਕਾਂ ਦੇ ਰਾਹ ਪੈ ਗਿਆ। ਆਂਦਾ, ਮੈਂ ਵੀ ਤਾਂ ਇਸੇ ਵਾਸਤੇ ਹੀ ਬੈਠਾ ਸਾਂ, ਮੈਂ ਉਹਨੂੰ ਆਖ ਬੈਠਾ ਸਾਂ ਤੈਨੂੰ ਜੁੱਤੀ ਅੱਗੇ ਲਾ ਕੇ ਲਿਜਾਣਾ, ਅਤੇ ਹੁਣ ਮੇਰੀ ਵੀ ਤਿਆਰੀ ਹੈ। ਅੰਮ੍ਰਿਤਸਰ ਸਾਹਿਬ ਤੋਂ ਜਲ ਮੰਗਵਾਇਆ, ਉਹਦੇ ਨਾਲ ਇਸ਼ਨਾਨ ਕੀ ਬਸ ਗਈ, ਉਹਦੇ ਨਾਲ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਅਤੇ ਭੋਗ ਪੁਆਇਆ, ਜਿਹੜਾ ਸੰਗਤ ਤੋਂ ਪਾਠ ਕਰਾਇਆ ਸੀ, ਭੋਗ ਪੁਆ ਕੇ ਅਤੇ ਇਉਂ ਸਰੀਰ ਛੱਡਿਆ ਜਿਵੇਂ ਸਮਝੋ ਕੋਈ ਕੱਪੜਾ ਹੀ ਉਤਾਰ ਕੇ ਟੱਟ। ਸੋ ਬੇਨਤੀ ਕਰ ਰਹੇ ਸਾਂ, ਟਾਈਮ ਹੋ ਗਿਆ।